ਰੂਪ ਟਿਲੋਂ ਦਾ ਨੋਵਲ ਚਿੱਟਾ ਤੇ ਕਾਲਾ ਦਾ ਪਹਿਲਾ ਭਾਗ ਸਮੁੰਦਰ ਪਾਰ ਦਾ 6ਵਾਂ ਕਾંડ ਸਰਤਾਜ ਹਰ ਵਾਰੀ ਘਰ ਸਿੱਧਾ ਨਹੀਂ ਆਉਂਦਾ ਸੀ ਜਦੋਂ ਦਾ ਚਿੱਤ ਕਰੇ ਤਾਂ ਕਬਾੜਖਾਨੇ 'ਚ ਲੁਕ ਜਾਂਦਾ ਸੀ ਟੀਨਾ ਤੇ ਰਿੱਕੀ ਅੱਕ ਕੇ ਪਹਿਲਾਂ-ਪਹਿਲਾਂ ਉਹਨੂੰ ਢੋਲਦੇ ਪਰ ਹਾਰ ਕੇ ਰਿੱਕੀ ਗਾਲਾਂ ਕੱਢਣ ਲੱਗ ਜਾਂਦਾ ਸੀ ਤੇ ਉੱਥੇ ਹੀ ਸਰਤਾਜ ਨੂੰ ਛੱਡ ਕੇ ਘਰ ਚਲੇ ਜਾਂਦੇ ਸੀ ਕਿਸੇ ਵੇਲੇ ਘਰ ਜਾ ਕੇ ਇੱਥੇ ਵਾਪਸ ਆ ਜਾਂਦਾ ਰਿੱਕੀ ਬਾਗ ਚ ਫੁੱਟਬਾਲ ਖੇលਦਾ ਤੇ ਟੀਨਾ ਘਰ ਪੜਦੀ ਹੁੰਦੀ ਸੀ ਜਾਂ ਆਪਣੀਆਂ ਸਹੇਲੀਆਂ ਦੇ ਘਰ ਪੁੱਜ ਜਾਂਦੀ ਸੀ ਜਿੰਨਾ ਚਿਰ ਘਰ ਦੇ ਨੇੜੇ ਹੁੰਦੀ ਸੀ ਹੋਰ ਸੜਕਾਂ ਤੇ ਜਾਵੇ ਤਾਂ ਸੰਤੋਖ ਤੋਂ ਝਿੜਖਾਣੀ ਪੈਗੀ ਟੀਨਾ ਤਾਂ ਉਹਦੀ ਲਾਡਲੀ ਸੀ ਕਬਾੜਖਾਨੇ ਨੂੰ ਬੰਦ ਕਰਕੇ ਗੋਰੀ ਉਸ ਵੇਲੇ ਗੋਰੀਆਂ ਦਾ ਧੰਦਾ ਸੀ ਬਾਅਦ ਹੀ ਪੰਜਾਬੀਆਂ ਨੇ ਖਰੀਦਿਆ ਆਪਣੇ ਘਰ ਤੁਰੇ ਜਾਂਦੇ ਸੀ ਤੇ ਸਰਤਾਜ ਬਾੜ ਚੋਂ ਜੋ ਗਲੀ ਸੀ ਰਾਹੀ ਅੰਦਰ ਵੜ ਕੇ ਕਰੇਨਾ ਜਾਂ ਜੰਗਾਲੀਆਂ ਹੋਈਆਂ ਗੱਡੀਆਂ 'ਚ ਬਹਿ ਜਾਂਦਾ ਇਹਨਾਂ ਦੀਆਂ ਗੱਡੀਵਾਨ ਗੱਡੀ 'ਤੇ ਬੈਠ ਕੇ ਆਪਣੇ ਕਲਪਨਾ 'ਚ ਕੋਈ ਰੇਸ ਜਾਂ ਦੌੜ ਡਾਇਲ ਆ ਰਿਹਾ ਹੈ ਜਾਂ ਮੰਨ ਦੇ ਕਮਰੇ 'ਚ ਜੇਮਸ ਬੌਂਡ ਵਾਂਗ ਤਾਕਤਵਰ ਜੋ ਸ਼ਾਮਲ ਹੁੰਦਾ ਨਾਲੇ ਕੋਈ ਸੁੰਦਰੀ ਬੈਠੀ ਆਪਣੇ ਦੁਨੀਆ 'ਚ ਗਵਾਚਿਆ ਰਹਿੰਦਾ ਹੈ ਤੇ ਜਦ ਹਨ ਹਨੇਰਾ ਹੋਣ ਲੱਗਦਾ ਹੈ ਤਾਂ ਖੁਸ਼ ਹੁੰਦੀ ਹੈ ਕਿ ਮਾਪਿਓ ਘਰ ਆਉਣ ਲੱਗੇ ਨੇ ਤੇ ਜਾਂ ਰਿੱਕੀ ਪਾਰਕ ਤੋਂ ਫੁੱਟਬਾਲ ਖੇਡਣ ਬਾਅਦ ਕਬਾੜ ਖਾਣੇ ਰਹੀ ਦਿਸਦਾ ਉਦੋਂ ਕਰ ਚਲਾ ਜਾਂਦਾ ਪਰ ਸਰਤਾਜ ਕਬਾੜਖਾਨੇ 'ਚ ਹੀ ਖੁਸ਼ ਹੁੰਦਾ ਇੱਕ ਦੋ ਵਾਰ ਜਦ ਕੋਈ ਮੁਸਾ ਹੋ ਜਾਂਦਾ ਹੈ ਸਰਤਾਜ ਸੌਂ ਖਾ ਸਕਦਾ ਹੈ ਕਿ ਸੱਚ ਮੁੱਚ ਕਬਾੜਖਾਨੇ ਦੇ ਤਾਤ ਟੋਟੇ ਸਜੀਵ ਹੋ ਗਏ ਹਨ ਅੱਜ ਵੀ ਐਸਾ ਹੁੰਦਾ ਹੈ ਸਰਤਾਜ ਪੁਰਾਣੀ ਗੱਡੀ 'ਚ ਬੈਠਾ ਹੈ ਰਾਤ ਨੇ ਆਪਣੀ ਕਾਲੀ ਕਗਰੀ ਜਹਾਨ ਦੇ ਤੇ ਵਿਛਾ ਦਿੱਤੀ ਹਨੇਰੇ 'ਚ ਜੋ ਕ੍ਰੇਨ ਦਾ ਸਿਰ ਖਾਨਾ ਜਿਸਟ ਡਰਾਈਵਰ ਬੰਦਾ ਮਹਾਨ ਕਿਰਲਿਆਂ ਦਾ ਸੀਸ ਜਾਪਦਾ ਤੇ ਕ੍ਰੇਨ ਦੀ ਧੌਣ ਜੋ ਅਸਲ 'ਚ ਅੰਗ ਹੈ ਜਿਸ ਨਾਲ ਖਾਨੇ ਨੂੰ ਕਰੇਨ ਦੇ ਕਾਰਟ ਨਾਲ ਜੋੜਿਆ ਹੁੰਦਾ ਹੈ ਜ਼ਰਾਫ ਦੇ ਕੰਠਾ ਵਾਂਗ ਲੱਗਦਾ ਪਰ ਲੱਗਦਾ ਹੈ ਜਿਹਾ ਸੱਚਮੁੱਚ ਹੁਣ ਮਹਾਨ ਕਿਰਲੇ ਦੇ ਸਾਹਮਣੇ ਖੜੋਇ ਖਲੋਇਆ ਫਿਰ ਸਰਤਾਜ ਨੂੰ ਲੱਗਿਆ ਕਿ ਉਸ ਲੰਬੇ ਕਿਰਲੇ ਦਾ ਸਿਰ ਘੁੰਮ ਕੇ ਉਸ ਵੱਲ ਝਾਕਦਾ ਹੈ ਅੱਖਾਂ ਚੋਂ ਕਿਰਨਾ ਉਸ ਵੱਲ ਵਧਦੀਆਂ ਖੱਡੇ ਗੱਡੇ ਤੇ ਨੂਰ ਨਾਲ ਉਹਨੂੰ ਫੜ ਗਈਆਂ ਇੱਕ ਦੋਸ਼ੀ ਕਬਾੜਖਾਨੇ ਦੇ ਵਿੱਚ ਬੈਠਾ ਹੈ ਇਜਾਜ਼ਤ ਬਿਨਾ ਡਰ ਗਿਆ ਸਰਤਾਜ ਗੱਡੀ ਚੋਂ ਛਾਲ ਮਾਰ ਕੇ ਦੌੜਿਆ ਵਾਰਡ ਵੱਲ ਉਹਦੇ ਪਿੱਛੇ ਕਰੇਨਾ ਧਰਤੀ ਤੇ ਲੁੱਡੀ ਪਾਉਂਦੀਆਂ ਵਾਰਡ ਲੰਘ ਕੇ ਇੱਕ ਵਾਰ ਪਿੱਛੇ ਦੇਖਿਆ ਦੋ ਕਰੇਨਾ ਜ਼ਰੂਰ ਕਬਾੜਖਾਨੇ ਚ ਇਧਰ ਉਧਰ ਜਾ ਰਹੀਆਂ ਜਿੱਦਾਂ ਪਿੰਗ ਹਲੋਰਾ ਮਾਰਦੀ ਹੁੰਦੀ ਹੈ ਤੇ ਨੂਰ ਚ ਹਰ ਚੀਜ਼ ਕਬਾੜਖਾਨੇ ਚ ਜਿਉਂਦੀ ਲੱਗਦੀ ਹੈ ਪਰ ਛਾਵੇਂ ਬਹੁਤ ਡਰਾਉਣੇ ਲੱਗ ਰਹੇ ਐ ਸਰਤਾਜ ਘਰ ਨਸਿਆ ਤੇ ਜਦ ਪੁੱਜਿਆ ਉਹਨੇ ਰਿੱਕੀ ਤੇ ਟੀਨਾ ਨੂੰ ਇਸ ਬਾਰੇ ਕੁਝ ਨਹੀਂ ਫਾਸ਼ ਕੀਤਾ ਤੇ ਜਦ ਸਵੇਰੇ ਉੱਠਿਆ ਸਾਡਾ ਸਰਤਾਜ ਸਕੂਲ ਲਈ ਤਿਆਰ ਹੋ ਗਿਆ ਚੁੱਪਚਾਪ ਹਰ ਦਿਨ ਜਦ ਉੱਠਦੇ ਐ ਸੀਮਾ ਤੇ ਸੰਤੋਖਤਾ ਕੰਮ ਤੇ ਪਹੁੰਚ ਜਾਂਦੀ ਐ ਇਸ ਲਈ ਖਾ ਖੂ ਕੇ ਤਿੰਨੀ ਸਕੂਲ ਪੈਦਲ ਜਾਂਦੇ ਐ ਮੋਰੇ ਰਿੱਕੀ ਗੱਬੇਟੀਨਾ ਹਮੇਸ਼ਾ ਪਿੱਛੇ ਰੰਦਾ ਸਰਤਾਜ ਤੇ ਜਦ ਰਿੱਕੀ 11 ਸਾਲਾਂ ਦਾ ਹੋ ਗਿਆ ਸੀ ਉਹਨੇ 11 ਪਲੱਸ ਇਮਤਿਹਾਨ ਲਿਆ ਪਲੱਸ ਹੋ ਕੇ ਹਾਊਸਲੋਚ ਸਿਰਫ ਮੁੰਡਿਆਂ ਦੇ ਸਕੂਲ ਚ ਦਾਖਲ ਹੋ ਗਿਆ टीना ਵੀ ਹੁਸ਼ਿਆਰ ਕਰਕੇ ਉਹਨੇ ਵੀ ਆਪਣੀ ਵਾਰੀ ਇਮਤਿਹਾਨ ਲੈ ਕੇ ਕੁੜੀਆਂ ਦੇ ਸਕੂਲ 'ਚ ਪਰਵੇਸ਼ ਹੋ ਗਈ ਸੀ ਤੇ ਰਿੱਕੀ ਤੇ ਟੀਨਾ ਦੇ ਗੱਬੇ ਸਰਤਾਜ ਹੀ ਸੀ ਉਹ ਵੀ ਮਸਾਂ ਹੀ ਪਾਸ ਕਰਕੇ ਦਾਖਲ ਹੋਇਆ ਪਰ ਇਮਤਿਹਾਨ ਪਾਸ ਕਰਨ ਲਈ ਸੰਤੋਖ ਤੋਂ ਕੁਟ ਚੰਗੀ ਤਰ੍ਹਾਂ ਖਾਤੀ ਸੀ ਸਕੂਲ ਵੀ ਆਮ ਸਕੂਲ ਨਹੀਂ ਸੀ ਗੈਰ ਸਰਕਾਰੀ ਸਕੂਲ ਸੀ ਇਸ ਪ੍ਰਾਈਵੇਟ ਪੜ੍ਹਸਾਲੇ 'ਚ ਪੜ੍ਹਨ ਲਈ ਸੰਤੋਖ ਨੂੰ ਨਿਆਣਿਆਂ ਲਈ ਫੀਸ ਭਰਨੀ ਪਈ ਸੀ ਪਹਿਲੇ ਦਿਨ ਸਕੂਲ ਦੇ ਬਾਹਰ ਆਪਣੀ ਗੱਡੀ 'ਚ ਸਰਤਾਜ ਨੂੰ ਉੱਥੇ ਲੈ ਕੇ ਗਿਆ ਰਿੱਕੀ ਸਕੂਲ ਚ ਵੜਿਆ ਸੀ ਕਰਕੇ ਉਹ ਤਾਂ ਗੱਡੀ ਚੋਂ ਨਿਕਲ ਕੇ ਅੰਦਰ ਚਲਾ ਗਿਆ ਪਰ ਸੰਤੋਖ ਨੇ ਘੁੰਮ ਕੇ ਸਰਤਾਜ ਨੂੰ ਪੁੱਛਿਆ ਜੇ ਸਕੂਲ ਜਾਣ ਲਈ ਖੁਸ਼ ਸੀ ਸਰਤਾਜ ਅੰਦਰੋਂ ਡਰਦਾ ਵੀ ਸੀ ਫਿਰ ਵੀ ਹਾਂ ਹਾਂ ਕਰ ਲਈ ਭਾਵੇਂ ਮਨ ਚ ਕੰਬਦਾ ਸੀ ਰਿੱਕੀ ਮਗਰ ਚਲਾ ਗਿਆ ਸੰਤੋਖ ਤਾਂ ਤਿਆਰ ਸੀ ਜੇ ਪੁੱਤ ਖੁਸ਼ ਨਹੀਂ ਹੈ ਇੱਥੇ ਪੜਨ ਸਰਤਾਜ ਨੂੰ ਵਾਪਸ ਪੁਰਾਣੇ ਸਕੂਲ ਚ ਸ਼ਾਮਲ ਹੋਣ ਲਈ ਪਰ ਜੋ ਮਰਜ਼ੀ ਮੁੰਡੇ ਦੇ ਮਨ ਚ ਸੀ ਡਰਦੇ ਨੇ ਤਾਂ ਹਾਂ ਕਰ ਹੀ ਦਿੱਤੀ ਸੀ ਸਕੂਲ ਚੰਗਾ ਨਹੀਂ ਚੰਗੇ ਪ੍ਰਾਈਵੇਟ ਪੜ੍ਹਸਾਲੀ ਆਮ ਬਹੁਤ ਮਹਿੰਗੇ ਹੁੰਦੇ ਆ ਜਿਸ ਤੇ ਆਮ ਆਦਮੀ ਦੀ ਪੂਰੀ ਕਮਾਈ ਇੱਕ ਬੱਚੇ ਤੇ ਲੱਗ ਸਕਦੀ ਹੈ ਜੋ ਦਿਨ ਬੀਤ ਗਏ ਸਰਤਾਜ ਨੂੰ ਮਹਿਸੂਸ ਥੋੜਾ ਜਿਹਾ ਹੋਣ ਲੱਗਾ ਕਿ ਸਕੂਲ ਹੋਣਾ ਵਰਗਾ ਨਹੀਂ ਪਰ ਸੱਚ ਸੀ ਉਹ ਤਾਂ ਬੱਚਾ ਹੈ ਫਿਰ ਉਹਨੂੰ ਕੀ ਪਤਾ ਚੰਗਾ ਸਕੂਲ ਕਿਹੜਾ ਤੇ ਮਾੜਾ ਕਿਹੜਾ ਸ਼ੁਰੂ ਤੇ ਆਮ ਸਰਕਾਰੀ ਸਕੂਲਾਂ ਤੋਂ ਤਾਂ ਚੰਗਾ ਹੀ ਸੀ ਪਰ ਹੌਲੀ-ਹੌਲੀ ਸਕੂਲ ਦਾ ਮਾਹੌਲ ਬਦਲ ਜਾਂਦਾ ਸੀ ਹਾਰ ਕੇ ਹਰ ਦੂਜਾ ਵਿਦਿਆਰਥੀ ਪੰਜਾਬੀ ਮੁੰਡਾਈ ਸੀ ਤੇ ਜਿਹਦਾ ਅਸਰ ਪੈ ਰਿਹਾ ਸੀ ਉਹਨਾਂ ਬੱਚਿਆਂ ਨੂੰ ਚੱਜ ਦੀ ਅੰਗਰੇਜ਼ੀ ਪੜ੍ਹਾਈ ਨਹੀਂ ਮਿਲ ਰਹੀ ਸੀ ਤੇ ਆਪਣੇ ਮਾਪਿਓ ਦੇ ਰਹਿਣ ਸਹਿਣ ਬਾਰੇ ਵੀ ਕੁਝ ਪਤਾ ਨਹੀਂ ਸੀ ਸਕੂਲ ਨੂੰ ਤਾਂ ਫਰਕ ਨਹੀਂ ਸੀ ਕਿਉਂਕਿ ਫੀਸਾਂ ਮਿਲ ਹੀ ਰਹੀਆਂ ਸੀ ਤੇ ਜਿਨ੍ਹਾਂ ਦੇ ਬੱਚੇ ਤੇਜ਼ ਸੀ ਉਹ ਤਾਂ ਕਾਮਯਾਬ ਹੀ ਸੀ ਪਰ ਅਸੀਂ ਤਾਂ ਜ਼ਿਆਦਾ ਗੱਲ 'ਚ ਅੱਗੇ ਚਲੇ ਗਏ ਉਸ ਦਿਨ ਤਾਂ ਸਰਤਾਜ ਗਵਾਚਿਆ ਹੋਇਆ ਹੀ ਸੀ ਰਿੱਕੀ ਤਾਂ ਉਹਨੂੰ ਛੱਡ ਕੇ ਆਪਣੇ ਮਿੱਤਰਾਂ 'ਚ ਸ਼ਾਮਲ ਹੋ ਗਿਆ ਸੀ ਸਰਤਾਜ ਨੂੰ ਝਿਜਕੇ ਝਿਜਕੇ ਖੁਦ ਮਿੱਤਰ ਬਣਾਉਣੇ ਪਏ ਇਹ ਗੱਲ ਸਰਤਾਜ ਲਈ ਸੌਖੀ ਨਹੀਂ ਸੀ ਪਤਾ ਨਹੀਂ ਕਿਉਂ ਪਰ ਪਹਿਲੇ ਦਿਨ ਤੋਂ ਹੀ ਦੂਜੇ ਸਾਰੇ ਬੱਚਿਆਂ ਨੇ ਫੈਸਲਾ ਕਰ ਲਿਆ ਸੀ ਕਿ ਸਰਤਾਜ ਦਾ ਸਕੂਲ ਦਾ ਡੌਨ ਹੈ ਪਹਿਲੇ ਦਿਨ ਹੀ ਜਦ ਰਿੱਕੀ ਨੇੜੇ ਤੇੜੇ ਨਹੀਂ ਸੀ ਸਰਤਾਜ ਨੂੰ ਕੁਝ ਗੋਰੇ ਮੁੰਡਿਆਂ ਨੇ ਤੇ ਪੰਜਾਬੀ ਮੁੰਡਿਆਂ ਨੇ ਉਹਦਾ ਸਿਰ ਟਾਇਲਟ 'ਚ ਫਲਸ਼ ਕਰ ਦਿੱਤਾ ਜ਼ਬਰਦਸਤੀ ਰਿੱਕੀ ਫੇਰ ਵੀ ਸਰਤਾਜ ਦਾ ਵੱਡਾ ਭਰਾ ਹੀ ਸੀ ਉਹ ਤੋਂ ਗੁਵਾਰਾ ਨਹੀਂ ਕਰ ਹੁੰਦਾ ਸੀ ਕਿ ਕੋਈ ਉਹਦੇ ਛੋਟੇ ਭਰਾ ਨੂੰ ਇੰਜ ਕਰੇ ਇਹ ਗੱਲ ਝਗੜੇ ਦੀ ਜੜਵੀ ਬਣ ਗਈ। ਜ਼ਿਆਦਾ ਡਰਤਾ ਦੋਨੋਂ ਮੁੰਡਿਆਂ ਨੂੰ ਸੰਤੋਖ ਤੁਸੀਂ। ਸਕੂਲ ਦਾ ਰਸਮ ਸੀ ਨਵੇਂ ਮੁੰਡਿਆਂ ਦੀ ਛੇੜਖਾਨੀ ਕਰਨ ਦੀ। ਉਸ ਦਿਨ ਸਕੂਲ ਤੋਂ ਬਾਅਦ ਜਿਸ ਮੁੰਡੇ ਨੇ ਸਰਤਾਜ ਨੂੰ ਸਤਾਇਆ ਮਤਲਬ ਸਿਰ ਫਲਸ਼ ਕੀਤਾ। ਨਾਲ ਸਕੂਲ ਪਿੱਛੇ ਗਲੀ 'ਚ ਰਿੱਕੀ ਦਾ ਹਟ ਹਟਾ ਹੋਇਆ। ਉਹਨਾਂ ਦਿਨਾਂ 'ਚ ਰਿੱਕੀ ਨੇ ਆਪਣੇ ਮਾਮਿਆਂ ਤੋਂ ਕਰਾਟੇ ਸਿੱਖ ਲਈ ਸੀ। ਉਹਨੇ ਹੁਣ ਸਰਤਾਜ ਨੂੰ ਵੀ ਮਾਮਿਆਂ ਦੀ ਕਰਾਟੇ ਕਲੱਬ ਦਾਖਲ ਕਰਾ ਦਿੱਤਾ। ਇਹੀ ਵਜਾ ਸ਼ਿੰਦੇ ਤੇ ਗੁਰਦੇਵ ਨੂੰ ਰਿੱਕੀ ਨੇ ਦੱਸ ਦਿੱਤੀ ਸੀ। ਬਸ ਇੱਕ ਰਾਜਾ ਸਰਤਾਜ ਦਾ ਸਿਰ ਫਲਸ਼ ਕਰਨ ਵਾਲਾ 나ਡੂ ਖਾਂ ਤੁਰਦਾ ਫਿਰਦਾ ਸੀ। ਸ਼ਿੰਦੇ ਤੇ ਗੁਰਦੇਵ ਨੇ ਉਹਨੂੰ ਪਾਰਕ 'ਚ ਘੁੱਟਿਆ। ਉਹਨੂੰ ਮਾਰ ਮਾਰ ਕੇ ਦੱਸਿਆ ਵੀ ਕਾਹਤੋਂ ਘੁੱਟ ਪੈ ਰਹੀ ਸੀ। ਫਿਰ ਵੀ ਹਰ ਵੇਲੇ ਸਰਤਾਜ ਨਾਲ ਰਿੱਕੀ ਨਹੀਂ ਸਕੂਲ 'ਚ ਹੋ ਸਕਦਾ ਸੀ। ਜਿਆਦਾ ਮੁੰਡੇ ਤਾਂ ਉਹਨੂੰ ਰਿੱਕੀ ਤੇ ਰਿੱਕੀ ਦੇ ਟੋਲੇ ਤੋਂ ਡਰਦੇ ਕੁਝ ਬੋਲਦੇ ਨਹੀਂ ਸੀ। ਫਿਰ ਵੀ ਇੱਕ ਦੋ ਢੀਟ ਤਾਂ ਹੁੰਦੇ ਹੀ ਸੀ। ਸਰਤਾਜ ਦੀ ਜਮਾਤ 'ਚ ਤਿੰਨ ਮੁੰਡੇ ਸੀ ਜੋ ਬਹੁਤ ਇੱਲਤੀ ਤੇ ਖੱਜਰੇ ਸਨ। ਸਰਤਾਜ ਹੌਲੀ-ਹੌਲੀ ਉਹਨਾਂ 'ਚ ਸ਼ਾਮਲ ਹੋ ਗਿਆ। ਉਹਦਾ ਮਨ ਪੜ੍ਹਾਈ ਦੀ ਥਾਂ ਜ਼ਿਆਦਾ ਖਿਆਲੀ ਪਲਾਚੀ ਸੀ। ਜਮਾਦੀ ਹਸ਼ਿਆਰ ਮੁੰਡੇ ਕਲਾਸਰੂਮ ਦੇ ਪਿਛਲੇ ਪਾਸੇ ਬੈੰਦੇ ਸੀ। ਸਭ ਤੋਂ ਦੂਰ ਕੋਨੇ 'ਚ ਸਭ ਤੋਂ ਕਸਬੀ ਮੁੰਡਾ ਤੇ ਉਹਦੇ ਨਾਲ ਦੂਜਾ ਕਸਬੀ ਤੇ ਉਹਨਾਂ ਤੋਂ ਲੈ ਕੇ ਲਾਈਨ ਵਾਂਗ ਕਲਾਸਮੂਰ ਕਲਾਸਰੂਮ ਦੇ ਮੋਹਰੇ ਡੈਸਕ ਤੱਕ ਐਸਾ ਚੱਲਦਾ ਸੀ ਜਿਥੇ ਘੂਗੂ ਬੈਠੇ ਸੀ। ਤੇ ਸਰਤਾਜ ਹਾਰ ਕੇ ਮੂਰੇ ਉਹਨਾਂ ਇੱਲਤੀ ਮੁੰਡਿਆਂ ਨਾਲ ਫਸ ਗਿਆ। ਜਿੱਥੇ ਮਾਸਟਰ ਉਹਨਾਂ ਤੇ ਅੱਖ ਰੱਖ ਸਕਦਾ ਸੀ। ਹੁਣ ਸਾਨੂੰ ਇੱਕ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਮਾਂ ਪਿਓ ਨਾਲ ਬੱਚੇ ਭਾਵੇਂ ਪੰਜਾਬੀ ਚ ਬੋਲਦੇ ਆ ਪਰ ਆਪਸ ਚ ਸਕੂਲ ਜਾਂ ਬਾਹਰ ਗੱਟ ਮੇਟ ਅੰਗਰੇਜ਼ੀ ਟੀ ਕਰਦੇ ਆ ਸਕੂਲ ਦੀ ਸਰਕਾਰ ਤਾਂ ਅੰਗਰੇਜ਼ੀ ਗੁਰੇ ਸੀ ਉਹਨਾਂ ਦੀ ਜ਼ੁਬਾਨ ਤੇ ਪੰਜਾਬੀ ਲਫ਼ਜ਼ ਔਖੇ ਤਰ੍ਹਾਂ ਚੜਦੇ ਸੀ ਇਸ ਸਕੂਲ ਚ ਹਰ ਮੁੰਡੇ ਨੂੰ ਉਹਨਾਂ ਦੇ ਟੱਬਰ ਤੀਰ ਨਾਂ ਤੋਂ ਬੁਲਾਉਂਦੇ ਪਰ ਕਹਿੰਦੇ ਗਲਤ ਤਰ੍ਹਾਂ ਹੀ ਕਰਕੇ ਮੁੰਡਿਆਂ ਦੀਆਂ ਜ਼ੁਬਾਨਾਂ ਤੇ ਵੀ ਉਹ ਹੀ ਉਚਾਰਣ ਚੜ ਗਏ ਥਾਲੀਵਾਲ ਦੀ ਥਾਂ ਡਾਲੀ ਵੈਲ ਜੈਟੇ ਲੋ ਦੀ ਥਾਂ ਡਿਲਨ ਤੇ ਭੋਗਲ ਦੀ ਥਾਂ ਬੈਗ ਬੋਗੈਲ ਤੇ ਸਰਤਾਜ ਦਾ ਨਾਮ ਦਿ올 ਦੀ ਥਾਂ ਡਿ올 ਬਣ ਗਿਆ ਸੀ ਤੇ ਜੇ ਉਹੀ ਨਾਮ ਵਾਲੇ ਇੱਕ ਤੋਂ ਜ਼ਿਆਦਾ ਮੁੰਡੇ ਉਸ ਮੁੰਡਿਆਂ ਦੇ ਨਾਂ ਪਿੱਛੇ ਨੰਬਰ ਦਿੱਤਾ ਜਾਂਦਾ ਰਿੱਕੀ ਪਹਿਲਾ ਸਕੂਲ ਦਾਖਲ ਹੋਇਆ ਸੀ ਸੋ ਇਸ ਲਈ ਵੱਡੇ ਭਰਾ ਦਾ ਨਾਮ ਦਿ올 ਵਰਨ ਪੈ ਗਿਆ ਤੇ ਛੋਟੇ ਦਾ ਦਿ올 2 ਪੈ ਗਿਆ ਸਰਤਾਜ ਤਿੰਨ ਚਲਾਕਾਂ ਨਾਲ ਉਲਝ ਗਿਆ ਇੱਕ ਦਾ ਨਾਮ ਭੋਗਲ ਸੀ ਹੁਣ ਬੋਗੈਲ ਹੀ ਉਹਨੂੰ ਸੱਦੇ ਸੀ ਤੇ ਜਿਸ ਜੋ ਸਰਦਾਰ ਸੀ ਪਤਲਾ ਉਹ ਕਾ ਵੀ ਅੱਖਾਂ ਵਾਲਾ ਤੇ ਹਾਜ਼ਰ ਜਵਾਬੀ ਮੁੰਡਾ ਤੇ ਰੋਜ਼ ਮਾਸਟਰਾਂ ਤੋਂ ਚਿੱਤਰ ਖਾਂਦਾ ਸੀ ਜੁੱਤੇ ਜਾਂ ਬੈਲ ਤੋਂ ਕੋਈ ਡਰ ਨਹੀਂ ਸੀ ਦੂਜੇ ਮੁੰਡੇ ਦਾ ਨਾਂ ਸੀ ਮਿਰਜ਼ਾ ਉੰਜ ਉਹਨੂੰ ਮਰਜ਼ਾ ਨਾਂ ਦਿੱਤਾ ਗਿਆ ਸੀ ਮੱਛਵਾੰਗ ਭੋਗਲ ਤੋਂ ਵੱਡਾ ਸੀ ਵੈਸੇ ਆਮ ਪੰਜਾਬੀ ਉਸ ਜੱਡੇ ਨਹੀਂ ਸੀ ਗੋਰਿਆਂ ਦੇ ਜਵਾਨਾਂ ਵਰਗਾ ਸੀ ਪਰ ਛਿੰਟਾ ਵੀ ਸੀ ਤੇ ਜਿਹੜੇ ਦਿਹਾੜੇ ਸਰਤਾਜ ਦਾ ਸਿਰ ਫਲਸ਼ ਕਰ ਦਿੱਤਾ ਗਿਆ ਸੀ ਮਿਰਜ਼ਾ ਨੇੜੇ ਖਲੋਤਾ ਹੱਸਦਾ ਵਿਆ ਸੀ ਰਿੱਕੀ ਤੋਂ ਡਰ ਹੋ ਗਿਆ ਕਰਕੇ ਉਹਨੇ ਪਹਿਲਾਂ ਸਰਤਾਜ ਨੂੰ ਕੁਝ ਬੋਲਿਆ ਨਹੀਂ ਜਦੋਂ ਸਰਤਾਜ ਖੁਦ ਉਹਨਾਂ ਦੇ ਸੰਬੰਧ ਆ ਗਿਆ ਫਿਰ ਨੇੜੇ ਆਇਆ ਖਾਰਕੀ ਸਰਤਾਜ ਨੂੰ ਤਾੜਨ ਲੱਗ ਪਿਆ ਪਰ ਹਮੇਸ਼ਾ ਇੱਕ ਅੱਖ ਰਿੱਕੀ ਤੇ ਸੀ ਤੀਜਾ ਤਾਂ ਉਹਨਾਂ ਦੋਨਾਂ ਤੋਂ ਵੱਡਾ ਸੀ ਛੋਟਾ ਮੋਟਾ ਹੋਣ ਦੇ ਵਜੇ ਪਹਿਲੀ ਵਾਰ ਜਦ ਸਰਤਾਜ ਨੇ ਉਹਨੂੰ ਦੇਖਿਆ ਹਾਥੀ ਛੱਡ ਕੇ ਸਥੂਲ ਨੀਲਾ ਵੇਲ ਮੱਚ ਜਾਪਦਾ ਸੀ ਪਰ ਪਾਸਵਾਲ ਹੱਟਾ-ਕੱਟਾ ਸੀ ਤੇ ਉਹਦੀ ਜ਼ੁਬਾਨ ਚਾਕੂ ਤੋਂ ਵੀ ਤਿੱਖੀ ਸੀ ਤਿੰਨਾਂ ਨਾਲ ਸਰਤਾਜ ਦੀ ਯਾਰੀ ਹੋ ਗਈ ਇੱਲ ਤਾਂ ਇੰਨੀਆਂ ਉੱਚੀਆਂ ਕਰਦੇ ਸੀ ਕਿ ਸਕੂਲ ਮਾਸਟਰ ਇਹ ਵਰਤਾਨ ਨਿਬੇੜਨ ਬਾਅਦ ਕਲਾਸ ਨਜ਼ਰਬੰਦੀ ਕਰਕੇ ਪਿੱਛੇ ਰੱਖਦੇ ਸਬਕ ਸਿਖਾਉਣ ਲਈ ਉਹਦਾ ਕੋਈ ਫਾਇਦਾ ਨਹੀਂ ਸੀ ਚੁੱਪਚਾਪ ਬੈਠਣ ਦੀ ਥਾਂ ਹੀ ਕੁਰਲ-ਕੁਰਲ ਕਰਦੇ ਸੀ ਉਹਨਾਂ ਨੂੰ ਕਰਮਫਲ ਲਈ ਲਾਈਨ ਲਾਈਨਾਂ ਲਿਖਣੀਆਂ ਪੈਂਦੀਆਂ ਆਮ ਇੱਕੋ ਹੀ ਵਾਕ ਬਾਰ-ਬਾਰ ਲਿਖਣਾ ਪੈਂਦਾ ਸੀ ਪਰ ਮੁੰਡੇ ਇੰਨੇ ਚਲਾਕ ਸੀ ਕਿ ਤਿੰਨ ਪੈਨਸਲਾਂ ਹੱਥ ਫੜ ਕੇ ਤਿਗੁਣੇ ਟਾਈਮ 'ਚ ਮੁਕਾ ਦਿੰਦੇ ਚਟਾਕੀ ਮਾਰ ਕੇ ਇੰਗਲੈਂਡ 'ਚ ਤਾਂ ਮਾਸਟਰ ਹੀ ਕਹਿ ਦੋ ਸਕਦਾ ਹੈ ਸਾਲ ਲਈ ਇਸ ਲਈ ਮਾਸਟਰ ਬੱਚਿਆਂ ਤੇ ਹੱਥ ਨਹੀਂ ਲਾਉਂਦੇ ਸੀ ਪਰ ਜੁੱਤੇ ਜਾਂ ਬੈਂਡ ਨਾਲ ਸਕੂਲ ਚ ਮੁੰਡਿਆਂ ਦੀਆਂ ਢੂਈਆਂ ਲਾਲ ਲਾਲ ਕਰ ਦਿੰਦੇ ਸਰਤਾਜ ਨੂੰ ਸਭ ਤੋਂ ਜ਼ਿਆਦਾ ਡਰ ਲੱਗਦਾ ਸੀ ਫਿਰ ਵੀ ਉਹ ਉਸ ਤਿੰਨਾਂ ਨਾਲ ਇਲਤਾਂ ਕਰੀ ਗਿਆ ਹਾਰ ਕੇ ਜਦ ਬਹੁਤੇ ਛੇਤਰ ਖਾ ਹਟਿਆ ਤੇ ਸਕੂਲ ਦੇ ਮੁراسਲੇ ਘਰ ਪੁੱਜੇ ਤੇ ਹੋਰ ਕੁਟ ਸੰਤੋਖ ਤੋਂ ਖਾਦੀ ਤੇ ਰਿੱਕੀ ਨੇ ਉਹਨੂੰ ਤਿੰਨਾਂ ਤੋਂ ਪਰੇ ਕਰਕੇ ਆਪਣੇ ਮਿੱਤਰਾਂ ਨਾਲ ਜੋੜ ਲਿਆ ਇਸ ਵੇਲੇ ਹੀ ਪ੍ਰਵਾਨ ਚੜਨ ਲੱਗਾ ਪਰ ਇਹ ਗੱਲ ਤਾਂ ਹਲੇ ਬਾਕੀ ਹੈ ਸਰਤਾਜ ਨੂੰ ਦਿਉਲ ਦੇ ਥਾਂ ਸਾਰੇ ਮੁੰਡੇ ਡੈਲ ਨਾਲ ਨਾਲ ਨਾਂ ਲੈ ਕੇ ਬੁਲਾਉਂਦੇ ਸੀ ਇੱਕ ਤਾਂ ਗੱਲ ਸੀ ਜਿਸ ਬਾਰੇ ਤੁਸੀਂ ਹੁਣ ਜਾਣ ਗਏ ਦੂਜੀ ਗੱਲ ਇੰਗਲੈਂਡੀ ਸਮਾਜ ਵਿੱਚ ਸਭ ਨੂੰ ਉਪਨਾਮ ਦੇਣ ਦੀ ਆਦਤ ਪੈ ਗਈ ਇੱਕ ਅੰਗਰੇਜ਼ੀ ਵਿਦਵਸ਼ਕ ਸੀ ਜਿਹਦੇ ਪਾਤਰ ਦਾ ਨਾਂ ਡੈਲ ਬੁਆਏ ਸੀ ਉਸ ਤੋਂ ਬਾਅਦ ਨਾਂ ਦਿੱਤਾ ਗਿਆ ਸੱਚ ਸੱਚ ਵਿੱਚ ਉਸ ਪਾਤਰ ਦਾ ਤੇਜ ਜਿਹਾ ਬੰਦਾ ਸੀ ਤੇ ਸਰਤਾਜ ਦੀ ਸ਼ਖਸੀਅਤ ਤਾਂ ਜਿਆਦਾ ਉਹਦੇ ਛੋਟੇ ਭਰਾ ਰੂਡਨੀ ਵਰਗੀ ਸੀ ਰਿੱਕੀ ਨੂੰ ਡੈਲ ਸਦਣਾ ਚਾਹੀਦਾ ਸੀ ਇਸ ਤਰ੍ਹਾਂ ਪਾਸ ਨੂੰ ਤਾਂ ਸੌਖੀ ਤਰ੍ਹਾਂ ਕਹਿਣ ਲਈ ਪੈਰਾ ਰੱਖਿਆ ਗਿਆ ਡੈਲ ਤੇ ਪੈਰਾ ਹੀ ਸਾਂ ਜੋ ਪੜਾਈ ਚ ਮੁੱਦੇ ਮੂੰਹ ਹੋ ਰਹੇ ਸਨ ਇੱਲ ਤਾਂ ਵਜਾ ਦੂਜੇ ਫਿਰ ਵੀ ਤੇਜ਼ੀ ਸੀ ਤੇ ਘਰ ਪੜਦੇ ਸੀ ਜ਼ੋਰ ਦੇਣੀ ਹੌਲੀ ਹੌਲੀ ਕਲਾਸਰੂਮ 'ਚ ਉਹਨਾਂ ਦੀ ਬੈਠਣ ਦੀ ਥਾਂ ਮਾਸਟਰ ਤੋਂ ਦੂਰ ਹੁੰਦੀ ਗਈ ਪਰ ਸਰਤਾਜ ਦੋ ਸਾਲਾਂ ਲਈ ਮੂਰੇ ਹੀ ਬੈਠਾ ਰਿਹਾ ਇਸ ਲਈ ਸ਼ਰਾਰਤੀਆਂ ਨੇ ਨਵਾਂ ਰਿਵਾਜ ਫੜ ਲਿਆ ਪੈਰਾ ਆਦ ਹਰਦੀ ماں ਬਾਰੇ ਗੰਦੀਆਂ ਗਾਲਾਂ ਕੱਢ-ਕੱਢ ਕੇ ਮੁੰਡਿਆਂ ਨੂੰ ਰੋਵਾ ਦਿੰਦੇ ਸੀ ਸਿਰਫ ਟੀਚਰਾਂ ਤੋਂ ਦੋ ਗਰੂ ਮਾਫੀਟ ਸੀ ਪੜਾਈ 'ਚ ਤੇਜ਼ ਹਲੇ ਲੜਨ ਨੂੰ ਤਿਆਰ ਛੋਟੇ ਗਏ ਲੜਨ ਨੂੰ ਤਿਆਰ ਛੋਟ ਗਏ ਜੇ ਜਿਹੜੇ ਸਭ ਤੋਂ ਲੜਾਕੇ ਜਾਂ ਹਸਾਉਣ ਵਾਲੇ ਸੀ ਸਰਤਾਜ ਨੂੰ ਜਵਾਬ ਨਹੀਂ ਦੇਣਾ ਹੁੰਦਾ ਸੀ ਤੇ ਲੜਾਈ 'ਚ ਵੀ ਪਹਿਲਾਂ ਹੀ ਕਮਜ਼ੋਰ ਸੀ ਜਦ ਰਿੱਕੀ ਨੇੜੇ-ਤੇੜੇ ਨਹੀਂ ਸੀ ਹੁੰਦਾ ਤਾਂ ਕੁਝ ਮੁੰਡੇ ਉਹਦੇ ਤਿੰਨ ਸਾਥੀ ਗਿਣਤੀ ਜੀ ਸੀ ਉਹਦੀ ਮਾਂ ਬਾਰੇ ਬਹੁਤ ਪੁੱਠਾ ਪੁੱਠਾ ਸਿੱਧਾ ਬੋਲ ਲੈਂਦੇ ਸੀ ਤੇ ਚੁੱਪਚਾਪ ਹੀ ਰਹਿੰਦਾ ਸੀ ਜਵਾਬ ਨਹੀਂ ਦੇਣਾ ਹੁੰਦਾ ਸੀ ਤੇ ਸਾਰਿਆਂ ਤੋਂ ਡਰਦਾ ਸੀ ਸਰਤਾਜ ਦੇ ਡਰ ਨੇ ਉਹਨੂੰ ਖਰਾਬ ਕੀਤਾ ਪਰ ਜ਼ਿਆਦਾ ਖਰਾਬ ਤਾਂ ਤਾਂ ਹੀ ਰਿਹਾ ਕਿਉਂਕਿ ਉਹ ਤੋਂ ਹਟ ਨਹੀਂ ਹੁੰਦਾ ਸੀ ਉਹਨਾਂ ਮੁੰਡਿਆਂ 'ਚ ਸਬੰਧ ਰੱਖਣ ਤੋਂ ਭਾਵੇਂ ਮਾਂ ਬਾਰੇ ਗੰਦੀਆਂ ਗਾਲ੍ਹੀਆਂ ਦਿੰਦੇ ਸੀ ਕਲਸੀ ਕਿ ਹਰ ਨੌਜਵਾਨ ਸਾਰੀ ਢਾਣੀ ਚ ਮਕਬੂਲ ਹੋਣਾ ਚਾਹੀਦਾ ਸੀ ਨਾ ਕਿ ਤੋਏ ਤੋਏ ਹੋਣਾ ਚਾਹੀਦਾ ਸੀ ਸਕੂਲ ਚ ਹਰ ਜਾਣਾ ਪ੍ਰਮਿਤ ਹੈ ਆਪਣੇ ਗੋਟਣਾ ਪਰ ਕਿੰਨੀ ਦੇਰ ਲਈ ਸਰਤਾਜ ਨੂੰ ਖਾਕ ਚ ਮਿਲਾ ਸਕਦੇ ਸੀ ਕਿੰਨੀ ਦੇਰ ਲਈ ਸਹਿ ਸਕਦਾ ਸੀ ਉਹਨਾਂ ਤੋਂ ਜਲਾਲਤ ਹੁਣ ਤਾਂ ਕਰਾਟੇ ਵੀ ਜਾਣਦਾ ਸੀ ਇਹਦੀ ਵਜ੍ਹਾ ਉਹਨਾਂ ਨੇ ਸ਼ਰਾਰਤ ਚ ਸਰਤਾਜ ਦੇ ਇੱਕ ਹੋਰ ਮੁੰਡੇ ਸ਼ਾਦਾ ਦੇ ਹੂਰਾ ਮੁੱਕੀ ਕਰਵਾ ਦਿੱਤੇ ਸਿਰਫ ਆਪਣੇ ਅਮੋਦ ਲਈ ਬੰਦ ਗਲੀ ਚ ਦੋਨੋਂ ਮੁੰਡੇ ਲੜੇ ਸਰਤਾਜ ਦਾ ਡਰ ਹਾਰ ਕੇ हट ਗਿਆ ਜਦੋਂ ਉਹਦੇ ਸੀਸ ਤੇ ਜਫੋ ਜਫੀ ਖਸਨ ਜੜੀ ਜਿਵੇਂ ਕੋਈ ਸਵਿੱਚ ਚਾਲੂ ਹੋ ਗਈ ਦੁੱਖ ਦਾ ਅਸਰ ਪਿਆ ਨਹੀਂ ਤੇ ਆਪਣੇ ਪਿਆਰਾਂ ਨਾਲ ਜਵਾਬ ਦਿੱਤਾ ਖੁਦ ਨੂੰ ਪਤਾ ਨਹੀਂ ਲੱਗਿਆ ਕਿ ਮਾਮਿਆਂ ਤੋਂ ਕਿੰਨਾ ਕੁ ਸਿੱਖ ਲਿਆ ਸੀ ਸ਼ਾਹ ਪੁੰਝੇ ਡਿੱਗ ਪਿਆ ਤੇ ਸਾਰੇ ਹੈਰਾਨ ਹੋ ਗਏ ਫਿਰ ਵੀ ਅੱਖ ਤੇ ਮੁੱਕਾ ਵੱਜਾ ਤੇ ਨਿਸ਼ਾਨ ਸੋਜ ਹੋ ਗਿਆ ਤੇ ਜਦੋਂ ਇਹ ਸੰਤੋਖ ਨੇ ਦੇਖਿਆ ਸਰਤਾਜ ਨੂੰ ਸਵਾਲ ਆਖੇ ਸਰਤਾਜ ਨੇ ਝੂਠ ਬੋਲਣ ਦੀ ਕੋਸ਼ਿਸ਼ ਕੀਤੀ ਪਰ ਬਾਪ ਦਾ ਸਭ ਸਮਝ ਗਿਆ ਸੀ ਭਾਵੇਂ ਮੁੰਡਾ ਜਿੱਤ ਗਿਆ ਨਿਸ਼ਾਨ ਲਗਾ ਕੇ ਪਿਓ ਦੇ ਪਿਓ ਨੇ ਛਿੜਕਾ ਮਾਰ ਗਿਆਂ ਤੇ ਅਗਲੇ ਦਿਨ ਖੁਦ ਹੈਡਮਾਸਟਰ ਨੂੰ ਦੱਸ ਦਿੱਤਾ ਦੋਨਾਂ ਸਾਹ ਤੇ ਸਰਤਾਜ ਨੇ ਬੈਂਤ ਤੋਂ ਕੁੱਟ ਖਾਧੀ ਪਰ ਹਾਲੇ ਵੀ ਸਰਤਾਜ ਨੇ ਕੁਝ ਨਹੀਂ ਸਿੱਖਿਆ ਭੋਗਲ ਪੈਰੀ ਤੇ ਮੁਰਜ਼ਾ ਨਾਲੀ ਤੁਰਦਾ ਹਰ ਦਿਨ ਘਰ ਤੋਂ ਸਵੇਰੇ ਰਿੱਕੀ ਨਾਲ ਨਿਕਲ ਜਾਂਦਾ 232 ਬੱਸ ਲਈ ਬੱਸ ਸਟਾਪ ਤੇ ਠਹਿਰਦੇ ਨੇ ਜਦ ਬੱਸ ਕਵੇਲਾ ਕਰ ਦਿੰਦੀ ਫਿਰ ਦੋਨੋਂ ਰੂਟ ਤੇ ਤੁਰਦੇ ਸਕੂਲ ਵੱਲ ਜਾਂਦੇ ਹੱਥਾਂ 'ਚ ਗੁੱਥਲੇ ਫੜੇ ਕਦੀ ਅਧੇਰਾ ਪੁੱਜ ਜਾਂਦੇ ਪਰ ਜਦੋਂ ਸਕੂਲੋਂ ਵਾਪਸ ਆਉਣਾ ਹੁੰਦਾ ਕਦੀ ਕਦੀ ਰਿੱਕੀ ਸਰਤਾਜ ਲਈ ਪਿੱਛੇ ਠਹਿਰਦਾ ਸੀ ਬਦਦਵਾਰਾਂ ਅੱਥਰ ਨੂੰ ਖੇਡਾਂ ਹੁੰਦੀਆਂ ਨੇ ਲੰਡਨ ਦੇ ਖੇਲ ਰਹੇ ਖਿਲਾਰੇ ਹੋਏ ਮੈਦਾਨਾਂ ਕੋਲ ਨਿਆਣਿਆਂ ਨੂੰ ਖੁਦ ਹੀ ਪਹੁੰਚਣਾ ਪੈਂਦਾ ਸੀ ਆਮ ਕੋਈ ਬਾਗ ਹੀ ਹੁੰਦਾ ਸੀ ਉਸ ਦਿਨ ਜ ਜ ਸਰਤਾਜ ਆਪਣੇ ਸਾਥੀਆਂ ਨਾਲ ਹੀ ਪਹੁੰਚਦਾ ਸੀ ਤੇ ਸੈਰ ਤੋਂ ਬਾਅਦ ਆਪ ਹੀ ਬੱਸਾਂ ਤੇ ਘਰ ਜਾਂਦਾ ਹੌਲੀ ਹੌਲੀ ਪੰਜਾਬੀਆਂ ਦਾ ਜ਼ੋਰ ਸਕੂਲ 'ਚ ਆ ਗਿਆ ਗੋਰਾ ਤਲਬਾ ਘਟ ਗਿਆ ਨਾਲੇ ਨਾਲ ਪੜ੍ਹਾਈ ਦਾ ਆਦਰਸ਼ ਘਿਰ ਗਿਆ ਪੰਜਾਬੀ ਬੱਚਿਆਂ ਦੀ ਸੋਚ ਹੀ ਹੋਰ ਸੀ ਤੇ ਸੱਚ ਵਿੱਚ ਮਾਸਟਰਾਂ ਨੂੰ ਜਿਨ੍ਹਾਂ ਜਰਮਾਂ ਵੀ ਉਹ ਪੈਸੇ ਦਿੰਦੇ ਸੀ ਖੁਸ਼ ਸੀ ਪਰ ਗੱਲ ਉਹ ਨਹੀਂ ਰਹੀ ਸੀ ਅੱਧੇ ਬੱਚੇ ਗੋਰੇ ਸੀ ਤੇ ਜਦ ਵੀ ਮੁੰਡੇ ਖੇਡਾਂ ਖੇਲਣ ਜਾਂਦੇ ਨਹੀਂ ਤਾਂ ਬੱਸਾਂ ਕ੍ਰੈਂਫਰਡ ਵੱਲ ਫੜਨੀਆਂ ਪੈਂਦੀਆਂ ਅੰਗਲ ਜਾਂ ਥੰਬਰੀ ਵੱਲ ਸਿਰਫ ਕ੍ਰਿਕਟ ਖੇਲਣ ਲਈ ਟਿਊਬ ਦੇ ਗੁਣੇ ਤੁਹਾਨੂੰ ਲੱਦ ਕੇ ਜਾਣਾ ਪੈਂਦਾ ਐਕੀ ਫੁੱਟਬਾਲ ਥੰਬਰੀ ਚ ਖੇਲਣੀ ਸੀ ਤੇ ਹੁਣ ਸਕੂਲ ਤੋਂ ਮੁੰਡੇ ਬੱਸ ਵੀ ਫੜ ਸਕਦੇ ਸੀ ਜਾਂ ਪੈਦਲ ਵੀ ਜਾ ਸਕਦੇ ਸੀ ਕੇਵਲ 3 ਮੀਲ ਦੀ ਵਾਟ ਸੀ ਪਰ ਬੱਚਿਆਂ ਨੂੰ ਇਹ ਵੀ ਜ਼ਿਆਦਾ ਸੀ ਇਸ ਲਈ ਤੁਰ ਸਕਦੇ ਸੀ ਉਹਨਾਂ ਦਿਨਾਂ ਚ ਕ੍ਰੈਂਫਰਡ ਵਿੱਚ ਕਈ ਦੇਸੀ ਲੋਕ ਤੇ ਦੁਕਾਨਾਂ ਸੀ ਪਰ ਥੰਬਰੀ ਤਾਂ ਬਿਲਕੁਲ ਗੋਰਿਆਂ ਦਾ ਇਲਾਕਾ ਸੀ ਵਡੀਆਂ-ਵਡੀਆਂ ਦੁਕਾਨਾਂ ਹਾਈ ਸਟਰੀਟ ਸਦਰ ਬਾਜ਼ਾਰ ਦੇ ਦੋਨੋਂ ਪਾਸੇ ਖੜੀਆਂ ਸੀ ਜਿਵੇਂ ਸੜਕ ਦੇ ਦੋਨੋਂ ਪਾਸੇ ਦੇਖਣਹਾਰ ਖੁਲ੍ਹੇ ਜਲੂਸ ਦੇਖਣ ਲਈ ਮੁੰਡਿਆਂ ਲਈ ਤਾਂ ਤੁਰਕੇ ਜਾਣ ਦਾ ਮੌਕਾ ਸੀ ਉਸ ਮਖਲੂਕ ਵੱਲ ਤਾੜਨ ਲਈ ਜੋ ਸਕੂਲ ਦਿਖਾਈ ਨਹੀਂ ਦਿੰਦੀ ਸੀ ਕੁੜੀਆਂ ਜਿਹੜੇ ਮੁੰਡੇ ਵੱਡੇ ਦਿਲ ਵਾਲੇ ਸਨ ਖਾਸ ਇੰਡੀਅਨ ਜਾਂ ਪਾਕਿਸਤਾਨੀ ਨਵਯੁਗਤਿਆਂ ਨੂੰ ਛੇੜਦੇ ਸੀ ਗੋਰੀਆਂ ਨੂੰ ਦੇਸੀ ਲੋਕ ਨਾਲ ਇਸ ਵੇਲੇ ਘੱਟ دلچਸਪੀ ਸੀ ਉਸ ਦਿਨਾਂ 'ਚ ਗੁਰੀਆਂ ਗੋਰੀਆਂ ਤਾਂ ਦੂਰ ਸੀ ਮੁੰਡਿਆਂ ਨੂੰ ਤਾਂ ਜਾਤ 'ਚ ਬਾਹਰ ਨਹੀਂ ਜਾਣ ਦਿੰਦੇ ਸੀ ਮਾਪੇ ਭਾਵੇਂ ਧਰਮheen ਨੂੰ ਇਸ ਗੱਲ ਨਾਲ ਕੋਈ ਝਗੜਾ ਜਾਂ ਇਤਰਾਜ਼ ਨਹੀਂ ਸੀ ਕਿੰਨੀ ਵਾਰੀ ਸਰਤਾਜ ਦੇ ਰਿੱਕੀ ਤੇ ਸੀਮਾ ਨਾਲ ਬਹਿਸ ਕੀਤੀ ਸੰਤੋਖ ਤੋਂ ਪਰੇ ਕਿ ਉਹਨਾਂ ਦੇ ਖਿਆਲਾਂ 'ਚ Hindu ਨਾਰੀਆਂ ਜ਼ਿਆਦਾ ਸੋਹਣੀਆਂ ਸਨ ਜਾਂ ਜੈ ਸਿੰਘਣੀ ਨਾਲ ਵਿਆਹ ਕਰਨਾ ਹੈ ਤਾਂ ਤਰਖਾਣਾ ਦੀਆਂ ਲੜਕੀਆਂ ਜ਼ਿਆਦਾ ਸੁੰਦਰ ਸੀ ਧਰਮ ਤਾਂ ਇੱਕੋ ਹੀ ਸੀ ਪਰ ਮਾਂ ਤਾਂ ਜੱਟ ਤੋਂ ਦੂਰ ਨਹੀਂ ਨੀ ਗੱਲ ਜਾ ਸਕਦੀ ਪਾਵੇਂ ਮੁੰਡਿਆਂ ਨੇ ਕਿਉਂਕਿ ਸੱਚ ਵਿੱਚ ਪੰਜਾਬ ਤੋਂ ਆਏ ਪ੍ਰਵਾਸੀਆਂ ਤੋਂ ਜ਼ਿਆਦਾ ਪੜ੍ਹੇ ਲਿਖੇ ਸੀ ਕਿ ਗ੍ਰੰਥ ਦਾ ਪੂਰਾ ਅਨਵਾਦ ਪੜ੍ਹ ਕੇ ਜੋ ਸੱਚਮੁੱਚ ਗੁਰੂਆਂ ਨੇ ਕਿਹਾ ਪਤਾ ਲੱਗ ਗਿਆ ਸਿੱਖ ਤਾਂ ਸਿੱਖ ਹੈ ਇਨਸਾਨ ਤਾਂ ਇਨਸਾਨ ਜਾਤ ਪਾਤ ਲਈ ਸਿੱਖੇ ਚ ਕੋਈ ਥਾਂ ਨਹੀਂ ਹੈ ਸਬੂਤ ਸਾਹਮਣੇ ਕਰਕੇ ਰੱਖ ਤੇ ਜਾਂ ਗ੍ਰੰਥ ਤੋਂ ਹਵਾਲਾ ਦਿੱਤਾ ਲਾਜਵਾਬ ਮਾਨੂ ਲਾਜਵਾਬ ਮਾਨੂ ਜਦ ਹੋਰ ਕੋਈ ਜਵਾਬ ਨਹੀਂ ਆਉਂਦਾ ਸੀ ਤੇ ਬੋਲਦੀ ਸਾਡੀ ਪੰਜਾਬੀਆ ਇਹ ਕਲਚਰ ਹੈ ਕੁਛੇ ਕਦੀ ਸੀ ਅਰ ਜਾਣਬਾਜ਼ ਬੁੱਝ ਕੇ ਸਰਤਾਜ ਹੁਣ ਮਾਂ ਨੂੰ ਮੈਂ ਤਾਂ ਗੋਰੀ ਨਾਲ ਹੀ ਵਿਆਹ ਕਰਵਾਉਣਾ ਹੈ ਅਰੇਂਜ ਮੈਰਿਜ ਦਾ ਜ਼ਬਰਦਸਤੀ ਨਾਲ ਅਣਜਾਣ ਨਾਲ ਸ਼ਾਦੀ ਕਰਨ ਦੀ ਗੱਲ ਹੁੰਦੀ ਹੈ ਗੋਰੀਆਂ ਤਾਂ ਬਹੁਤ ਸੁੰਦਰ ਨੇ ਤਾਂ ਮੈਂ ਤਾਂ ਉਸ ਹੀ ਕੁੜੀ ਨਾਲ ਵਿਆਹ ਕਰ ਜੋ ਸੱਚ ਮੁੱਚ ਸ਼ਕਲ ਚ ਫਿਲਮੀ ਜਨਾਨੀ ਵਰਗੀ ਹੈ ਕਿੰਨਾ ਕੁਝ ਨਹੀਂ ਬੋਲਦੀ ਕਿਉਂਕਿ ਕੁੜੀਆਂ ਨੂੰ ਕੌਣ ਪੁੱਛਦਾ ਹੈ ਉਤਾ ਆਪਣੇ ਸੁਪਨੇ ਚ ਪਚਾਪ ਹੜੱਪਦੀ ਐ ਉਹਦੇ ਭਰਾ ਤਾਂ ਸੁਪਨੇ ਗੁਰੀਆਂ ਬਾਰੇ ਲੈਂਦੇ ਐ ਪਰ ਮੁੰਡੇ ਥੰਬਰੀ ਜਾਣਦੇ ਰਾਹ ਚ ਇੱਕ ਸਕੂਲ ਜਿੱਥੇ ਮੁੰਡੇ ਤੇ ਕੁੜੀਆਂ ਨਾਲ ਹੀ ਨਾਲ ਪੜਦੇ ਵਲਵਾਦੇ ਨੇ ਨੌਜਵਾਨਾਂ ਨੌਜਵਾਨੀ ਚ ਧਿਆਨ ਪੜਾਈ ਵੱਲ ਘਟ ਸੀ ਤੇ ਜਵਾਨੀ ਚ ਵੱਧ ਸੀ ਸੋ ਇਸ ਬੁੱਧਵਾਰ ਸਦਰ ਬਾਜ਼ਾਰ ਰਾਈ ਮੈਦਾਨ ਗਏ ਪੱਤੇ ਵੇਲਾ ਸੀ ਤਾਂ ਸਾਰੇ ਬੱਚੇ ਸਕੂਲਾਂ ਚੋਂ ਨਿਕਲ ਕੇ ਸੜਕ ਤੇ ਸਨ ਬਾਹਰ ਖਾਣ ਲਈ ਆਏ ਸਕੂਲ ਸੜਕ ਤੇ ਮੱਕ ਮੱਕ ਡਾਊਨ ਸੀ ਦੁਕਾਨ ਸੀ ਜੋ ਅਮਰੀਕੀ ਦਾ ਬਾਈ ਸੀ ਥੋੜਾ ਚਿਰ ਪਹਿਲਾਂ ਖੁੱਲ ਕੇ ਮਸ਼ਹੂਰ ਹੋਣ ਲੱਗ ਪਈ ਸੀ ਤੇ ਸਭ ਦਾ ਮਨ ਸੀ ਉੱਥੇ ਹੀ ਖਾਣ ਦਾ ਇੱਥੇ ਕੁੜੀਆਂ ਨੂੰ ਵੀ ਛੇੜ ਸਕਦੇ ਆ ਸਰਤਾਜ ਨਵੰਬਰ 버ਗਰ ਬਾਰੇ ਸੁਣਿਆ ਸੀ ਹਰ ਦੇਸੀ ਵਾਂਗ ਸੋਇਦਾ ਸੀ ਇਹਦਾ ਮਤਲਬ ਮੀਟ ਸੂਰ ਦਾ ਸੀ ਕਿਉਂਕਿ ਸੂਰ ਨੂੰ ਖਾਣ ਲਈ ਮਾਂ ਪਿਓ ਨੇ ਮਨਾ ਕੀਤਾ ਸੀ ਨਾ ਕੇ ਖਾਣਾ ਉਸ ਲਈ ਹਰਾਮ ਸੀ ਖਾ ਲੈਂਦਾ ਸੀ ਉਹਨੂੰ ਉਹ ਉਦ ਦਿਨਾ ਚ ਇਹ ਪਤਾ ਨਹੀਂ ਸੀ ਸੱਚ ਤਾਂ ਇਹ ਹੈ ਕਿ ਹੰਬਰਗਰ ਤਾਂ ਤਾਹੀ ਨਾਂ ਦਿੱਤਾ ਗਿਆ ਕਿਉਂਕਿ ਆਸਟਰੀਆ ਦੇ ਹੈਂਬਰਗ ਸ਼ਹਿਰ ਤੋਂ ਆਇਆ ਸੀ ਮੀਟ ਦਾ ਬੀਫ ਮਤਲਬ ਗਾਊ ਦਾ ਮਾਸ ਮਿਰਜ਼ਾ ਸੂਰ ਸਮਝ ਕੇ ਮੱਛੀ ਦੇ 버ਗਰ ਖਾ ਲੈਂਦਾ ਸੀ ਠਾਬੇ 'ਚ ਇੱਲ ਤਾਂ ਕਰਕੇ ਖਾਰੇਚਾਰੀ ਮਿੱਤਰਬਾਰ ਫੰਬਰੀ ਵਾਲ ਤੁਰ ਪਏ ਦੇ ਕਿੰਨੀ ਸੋਹਣੀ ਹੈ ਪੈਰਾ ਬੋਲੇ ਅਤੇ ਸੜਕ ਦੇ ਸਾਹਮਣੇ ਤੁਰਦੀਆਂ ਕੁੜੀਆਂ ਪਿੱਛੇ ਪੈ ਗਿਆ ਇਸ ਵਾਲੇ ਤਾਂ ਸਾਰੇ ਪਾਸੇ ਸਰਗਰਮ ਸੀ ਲੋਕ ਪੱਬ ਤੇ ਕੀੜੀਆਂ ਮੰਗ ਖਰੀਦਣ ਚ ਰੁੱਝੇ ਹੋਏ ਸੀ ਕਾਂਗ ਵਾਂਗ ਮੁੰਡਿਆਂ ਵੱਲ ਤੁਰਦੇ ਨਾਲ ਨਾਲ ਦੂਜੇ ਪਾਸੇ ਤੁਰਦੇ ਗੱਡੀਆਂ ਨਾਲ ਸੜਕ ਰੋੜਦੀ ਪੈਰਾਂ ਤੇ ਭੋਗਲ ਗਾਹਾਂ ਹੋਏ ਪਰ ਜੜ ਹজম ਹੋ ਗਈਆਂ ਸੀ ਮਿਰਜ਼ਾ ਤੇ ਸਰਤਾਜ ਮਗਰ ਗਏ ਆਪਣੇ ਮਿੱਤਰਾਂ ਨਾਲ ਇਕੱਠੇ ਹੋਣ ਲਈ ਜਨਤਾ ਚੋਂ ਲੰਘਦੇ ਲੰਘਦੇ ਸੀ ਐਂਡ ਦੁਕਾਨਚ ਅੰਦਰ ਜਾਂਦੇ ਦੋਸਤ دیدار ਸਨ ਉਹਨਾਂ ਦੇ ਅੰਦਰ ਚਲੇ ਗਏ ਕੁੜੀਆਂ ਤਾਂ ਅਗਲੀਆਂ ਨੂੰ ਦੇਖਣ ਲੱਗੀਆਂ ਦੋ ਕੁੜੀਆਂ ਸੀ ਉਹਨਾਂ ਕੋਲ ਭੋਗਲ ਖੜਾ ਸੀ ਕੋਸ਼ਿਸ਼ ਕਰਦਾ ਗੱਲਬਾਤ ਚ ਚਲਾਉਣ ਦੀ ਪਰ ਕੁੜੀਆਂ ਨੂੰ ਕੋਈ ਕੁੜੀਆਂ ਦੇ ਨੂੰ ਕੋਈ ਦਿਲਚਸਪੀ ਨਹੀਂ ਸੀ ਉਹਨਾਂ ਨਾਲ ਬੋਲਣ ਦੀ ਗੱਲ ਸੀ ਕਿ ਮੁੰਡਿਆਂ ਦੇ ਸਕੂਲ ਦੀ ਵਰਦੀ ਅਜੀਬ ਜਿਹੀ ਲੱਗਦੀ ਸੀ ਹੁਣ ਆਮ ਸਕੂਲ ਜਿੱਥੇ ਮਾਸਟਰ ਬੱਚੇ ਨਾਲ ਅੱਖ ਵੀ ਨਹੀਂ ਮਿਲ ਅੱਖ ਵੀ ਨਹੀਂ ਮਿਲਾ ਸਕਦਾ ਮੁੰਡਿਆਂ ਦੇ ਸਕੂਲ ਚ ਤਾਂ ਹਾਲੇ ਤੀਕਰ ਬੈਂਤ ਨਾਲ ਛੇਤਰ ਪੈਂਦੇ ਨਹੀਂ ਸੀ ਵਰਦੀ ਦੇ ਪਿਆਜ਼ੀ ਨੀਲੀਆਂ ਧਾਰੀਆਂ ਸੀ ਤੇ ਸਿਰ ਤੇ ਟੋਪੀ ਪਾਉਣੀ ਪੈਂਦੀ ਸੀ ਇਸ ਲਈ ਆਮ ਪਾਟਕਾਂ ਤੋਂ ਅਲੱਗ ਸੀ ਕਿਉਂਕਿ ਅਡੰਬਰੀ ਲੱਗਦੇ ਸੀ ਸਰਤਾਜ ਤੇ ਮਿਰਜ਼ਾ ਹੁਣ ਵਾਲੇ ਦੋਲੇ ਦੇਖ ਕੇ ਹਿੜ-ਹਿੜ ਕਰਨ ਲੱਗ ਪਏ ਆਸ-ਪਾਸ ਜਨਾਨੀਆਂ ਦੀਆਂ ਅਗਲੀਆਂ ਕੱਚੀਆਂ ਸਨ ਤੇ ਪੁਤਲੇ ਖੜੇ ਸਨ ਜੋ ਔਰਤ ਦੇ ਜਿਸਮ ਵਾਲੇ ਸਨ ਸਿਰਫ ਲਾਂਜਰੀ ਪਾਈ ਸੀ ਹਰ ਲੀੜੇ ਨੂੰ ਇਸ਼ਤਿਆਰ ਦੇਣ ਦੀ ਤਸਵੀਰ ਸੀ ਅੱਧੀ ਤੋਂ ਉੱਪਰ ਬਸਤਰਹੀਨ ਮਾਡਲ ਦੀ ਇਸ ਕਰਕੇ ਮੁੰਡੇ ਹੱਸਦੇ ਸੀ ਦੇ ਨਾਲੇ ਜਵਾਨੀ ਵਜੋ ਜੁਸ਼ੀਲੇ ਸੀ ਪੋਗਲ ਨੇ ਕੁਝ ਜ਼ਿਆਦਾ ਕੁੜੀਆਂ ਨੂੰ ਕਹਿ ਦਿੱਤਾ ਤਾਂ ਤੇ ਉਹਦੇ ਚਪੇਟ ਜੜੀ ਸ਼ਰਮ ਨਹੀਂ ਸੀ ਹੱਸਦਾ ਬਾਹਰ ਦੌੜ ਪਿਆ ਉਹਦੇ ਮਗਰ ਪੈਰਾ ਕੁਝ ਪੁੱਤਲੇ ੱੱਕੇ ਧੁੱਕੇ ਡਿੱਗ ਗਏ ਤੇ ਲੋਕ ਇਤਰਾਜ਼ ਨਾਲ ਮੁੰਡਿਆਂ ਵੱਲ ਝਾਕੇ ਸਰਤਾਜ ਤੇ ਮਿਰਜ਼ਾ ਮਗਰ ਹਰਨ ਹੋ ਗਏ ਦੁਕਾਨ ਦੇ ਬਾਹਰ ਪੁੱਜ ਗਏ ਸਨ ਪਿੱਛੇ ਦੁਕਾਨ ਦਾ ਰਾਖੀ ਧਿਆਨ ਨਾਲ ਉਹਨਾਂ ਵੱਲ ਵੇਖਦਾ ਸੀ ਉਹਨੂੰ ਪਤਾ ਨਹੀਂ ਸੀ ਵੀ ਉਹਨਾਂ ਦੇ ਪੁੱਤਲੇ ਭੁंजे ਛੁੱਟਿਆ ਪਰ ਕੇਵਲ ਚੋਰੀ ਦੇ ਹਿਸਾਬ ਨਾਲ ਵੇਖਦਾ ਸੀ ਕੁਝ ਉਹਨਾਂ ਦੇ ਹੱਥਾਂ 'ਚ ਦਿਸਿਆ ਨਹੀਂ ਸੋ ਮਗਰ ਨਹੀਂ ਪਿਆ ਹੀੜੇੜ ਕਰਕੇ ਚਾਰ ਹੀ ਮੁੰਡੇ ਸੜਕ ਦੀ ਜ਼ੈਬਰਾ ਟਪਾਈ ਪਾਰ ਕਰਕੇ ਦੂਜੇ ਪਾਸੇ ਚਲੇ ਗਏ ਇਸ ਥਾਂ ਤੇ ਅੱਗੇ ਥੋਂਬਰੀ ਵਾਲੀ ਇੱਕ ਗੱਡੀ ਰਾਈ ਜਾਂਦਾ ਸੀ ਤੇ ਆਖਰੀ ਦੁਕਾਨ ਇਹਨੂੰ ਮੁੰਡਿਆਂ ਪਿੱਛੇ ਰਾਹ ਦੇ ਕੇ ਰਾਹ ਦੇ ਦੋ ਮਾਰਗ ਵਖਰੇ ਸੀ ਜਿਵੇਂ ਦੁਕਾਨ ਇੱਕ ਵੱਡਾ ਏਕ ਦਾ ਤਿਕੋਣਾ ਹਿੱਸਾ ਹੋਵੇ ਸਮਨੇ ਹੈਨਵਰਥ ਰੋਡ ਸੀ ਜੋ ਥੰਬਰੀ ਵੱਲ ਵਧਾ ਰਹੀ ਸੀ ਇੱਕ ਪਾਸੇ ਹਾਈ ਸਟਰੀਟ ਤੇ ਦੂਜੇ ਪਾਸੇ ਹੈਨਵਰਥ ਰੋਡ ਗਾਂਵਾਦੀ ਵਧੀ ਹੈਨਵਰਥ ਵੱਲ ਇੱਥੇ ਸੱਜੇ ਪਾਸੇ ਬਸੰਦਾ ਵੱਡਾ ਸੀ ਉੱਥੇ ਦੁਨੀਆ ਚ ਬੈਲ ਰੋਡ ਤੇ ਇਸ ਦੁਸਾਂਗੇ ਦ੍ਰਿਸ਼ ਗੱਬੇ ਟ੍ਰੀਟੀ ਕੇਂਦਰ ਤੇ ਥਾਂ ਦੁਕਾਨਾਂ ਪਿੱਛੇ ਕਾਰ ਪਾਰਕ ਸੀ ਜਿੱਥੇ ਵੱਡੇ ਵੱਡੇ ਕੂੜੇਦਾਨ ਖਲੋਤੇ ਸਨ ਭੋਗਲ ਏਸੀ ਪਾਸੇ ਇੱਕ ਦੁਕਾਨ 'ਚ ਵੜ ਗਿਆ। ਹਲਵਾਈ ਮੁੰਡਾ ਸੀ ਪੰਜਾਬੀ ਹਲਵੇ ਦਾ ਨਹੀਂ ਪਰ ਅੰਗਰੇਜ਼ੀ ਕਾਰਨਰ ਸ਼ਾਪ ਸਾਰੇ ਮੁੰਡੇ ਅੰਦਰ ਵੜ ਗਏ। ਦੁਕਾਨ ਦੇ ਪਿਛਲੇ ਪਾਸੇ ਕਾਊਂਟਰ ਵਿੱਚ ਆਲੇ ਦੋ ਪਾਲੇ ਸਨ ਜਿਨ੍ਹਾਂ ਉੱਤੇ ਮਾਲ ਚਿਣਿਆ ਸੀ ਟਾਂਡਾਂ ਤੇ ਉੱਪਰ ਗਾਕਾਂ ਨੂੰ ਦਿਖਾਉਣ ਲਈ। ਭੋਗਲ ਦੀ ਚਾਲ ਸੀ ਚੋਰੀ ਕਰਨ ਲਈ ਦੂਜਿਆਂ ਨੂੰ ਸਮਝ ਲੱਗਦੀ ਕਿਉਂਕਿ ਹੌਣ ਸਰਤਾਜ ਦਾ ਬਾਪ ਵੀ ਪਰਚੂਨਾ ਦਾ ਕੰਮ ਕਰਦਾ ਸੀ ਤੇ ਉਹਨੂੰ ਇਹ ਅੱਗ ਲੱਗਿਆ। ਜਦ ਸੰਤੋਖ ਤਾਂ ਸਵੇਰੇ ਤੋਂ ਸ਼ਾਮ ਤੱਕ ਕੰਮ ਕਰਦਾ ਸੀ ਤੇ ਇਸ ਦੁਕਾਨਦਾਰ ਵਾਂ ਤੇ ਚੁੱਪਚਾਪ ਇੱਕ ਪਾਸੇ ਡਾਂਡੇ ਤੋਂ ਪੱਤਰਕਾ ਚੱਕ ਕੇ ਪੜਨ ਲੱਗ ਪਿਆ ਪੈਰਾਂ ਤੇ ਮਿਰਜ਼ਾ ਕਮਲ ਕੁੱਟਣ ਲੱਗ ਪਏ ਦੁਕਾਨਦਾਰ ਨੂੰ ਤੰਗ ਕਰਨ ਇਧਰ ਉਧਰ ਜਾਂਦੇ ਸੀ ਸੋ ਨੂੰ ਪਤਾ ਨਾ ਲੱਗਾ ਕਿੱਥੇ ਦੇਖਣ ਕਿੱਥੇ ਕਾਊਂਟਰ ਤੇ ਇੱਕ ਚੀਜ਼ ਰੱਖ ਦੇਣੀ ਹੈ ਕਿੱਥੇ ਕਦੀ ਹੋਰ ਪਰ ਸਰਦਾਰ ਤਾਂ ਕੋਈ ਬੇਵਕੂਫਤਾ ਨਹੀਂ ਸੀ ਓਏ ਰਸਾਲਾ ਵਾਪਸ ਰੱਖ ਪੜਨਾ ਤਾਂ ਲਾਇਬ੍ਰੇਰੀ ਜਾ ਤੇ ਲੈਣਾ ਤਾਂ ਨਹੀਂ ਤਾਂ ਵਾਪਸ ਰੱਖ ਦੇ ਉਨੇ ਡਾਟ ਕੇ ਸਰਤਾਜ ਨੂੰ ਕਿਆ ਡਰਦੇ ਸਰਤਾਜ ਨੇ ਵਾਪਸ ਰੱਖ ਦਿੱਤਾ ਪਰ ਹੁਣ ਪੈਰਾ ਵਾਪਸ ਬੋਲਣ ਲੱਗ ਗਿਆ ਯਾਦ ਰੱਖੋ ਕਿ ਬਾਕੀ ਸਾਰੀ ਗੱਲ ਕੱਤ ਕੇ ਬਲ ਅੰਗਰੇਜ਼ੀ ਚ ਸੀ ਕੂਲ ਰੇ ਬੁੱਢਿਆ ਕੁਛ ਨਹੀਂ ਗਲਤ ਕਰਦਾ ਭੋਗਲ ਨੇ ਬੋਲਿਆ ਨਾਲੋਂ ਨਾਲ ਫ੍ਰਿਜ ਚੋਂ ਦੋ ਕੋਕਾ ਕੋਲਾ ਦੇ ਪੀ ਪੇ ਜੇਬ ਚ ਖਿਸਕਾ ਕੇ ਪਾਤੇ ਓਲੇ ਸੀਗਾ ਕਰਕੇ ਦੁਕਾਨਦਾਰਾਂ ਨੂੰ ਪਤਾ ਨਹੀਂ ਲੱਗਿਆ ਨਾਲੇ ਉਹਦੀ ਦ੍ਰਿਸ਼ਟੀ ਪਿਆਰਾ ਨੇ ਰੋਕ ਲਈ ਬੜਾ ਸਮਾਰਟ ਨੰਬੜ ਮੁੰਡੇ ਦੁਕਾਨਦਾਰ ਖਿੱਚ ਕੇ ਕਾਊਂਟਰ ਦੇ ਪਿੱਛੋਂ ਵਧਿਆ। ਉਹਨੂੰ ਪਤਾ ਨਹੀਂ ਲੱਗਿਆ ਪਰ ਕਿਉਂਕਿ ਉਹਦਾ ਧਿਆਨ ਭੋਗਲ ਵੱਲ ਨੇ ਹੁਣ ਸੀ। ਮਿਰਜ਼ੇ ਨੇ ਆਪਣੀ ਬੰਡੀ 'ਚ ਇੱਕ ਅਸ਼ਲੀਲ ਮਾਸ ਮਾਸਕ ਪਾ ਰਿਆ। ਫਿਰ ਪਹਿਰਾ ਕਾਊਂਟਰ ਦੇ ਕੋਲ ਆ ਕੇ ਬੋਲੇਆ ਸਰਦਾਰ ਜੀ ਲਓ ਪੈਸੇ। ਜਦ ਦੁਕਾਨਦਾਰ ਪੈਸੇ ਲੈਣ ਲਈ ਕਾਊਂਟਰ ਪਿੱਛੇ ਪਰਤੇਆ ਪਹਿਰਾ ਨੇ ਚਾਕਲੇਟ ਕੈਂਡੀਆਂ ਉਹਦੇ ਮੂੰਹ 'ਵਲ ਮਾਰੀਆਂ। ਉਸੇ ਵਕਤ ਭੋਗਲ ਤੇ ਮਿਰਜ਼ਾ ਬਾਹਰ ਨਸ ਸਪੇ ਉਨਾਰੇ ਮਗਰ ਪੈਰਾ ਉਹਦੇ ਬਾਅਦ ਦੁਕਾਨਦਾਰ ਸਿਮੇਟੇ ਚ ਕਿਸੇ ਨੇ ਸਰਤਾਜ ਵੱਲ ਧਿਆਨ ਨਹੀਂ ਦਿੱਤਾ ਸ਼ਰਮ ਨਾਲ ਚੁੱਪਚਾਪ ਬਾਹ ਰੱਖ ਬਿਜਾ ਕੇ ਟਰੱਕ ਗਿਆ ਬਾਹ ਪੈਰਾਂ ਦੀ ਬਾਹ ਦੁਕਾਨਦਾਰ ਤੇ ਫੜੀ ਸੀ ਛੱਡੋ ਮੈਨੂੰ ਬੁੱਢੇ ਲੋਕੋ ਦੇਖੋ ਅਬਾ ਤਬਾ ਕਰ ਰਿਹਾ ਇਸ ਮੁਰਗ ਚ ਬਜੇ ਦੇ ਹੱਥ ਲਾ ਕੇ ਲਾ ਸਕਦਾ ਮੈਂ ਮਾਂ ਦਾ ਢੇਕਾ ਦੁਕਾਨਦਾਰ ਨੇ ਜਿਵੇਂ ਦੁਕਾਨਦਾਰ ਦੇ ਪਿੱਛੋਂ ਮਿਰਜ਼ੇ ਨੇ ਆ ਕੇ ਲੱਤ ਮਾਰੀ ਪੈਰਾ ਛੁੱਟ ਗਿਆ ਤੇ ਸਾਰੇ ਮੁੰਡੇ ਵੱਖਰੇ ਰਾਹ ਦੌੜ ਗਏ ਪੈਰਾ ਸਕੂਲ ਦੇ ਰਾਵਲ ਭਜਿਆ ਮਿਰਜ਼ਾ ਤੇ ਸਰਤਾਜ ਕੋਨੇ ਘੁੰਮ ਕੇ ਹੈਂਬਰਥ ਰੋਡ ਚਲੇ ਗਏ ਪੋਗਲ ਤਾਂ ਨਜ਼ਰ ਆਇਆ ਹੀ ਨਾ ਦੁਕਾਨਦਾਰ ਨੂੰ ਪਤਾ ਨਾ ਲੱਗਿਆ ਕਿਹੜੇ ਪਾਸੇ ਨੱਠਣ ਜੋ ਪਾਂਜ ਮੰਨ ਕੇ ਗਾਲਾਂ ਕੱਢਦਾ ਦੁਕਾਨ 'ਚ ਵੜ ਗਿਆ ਜੇ ਮੁੰਡਿਆਂ ਮਗਰ ਗਿਆ ਹੋਰ ਕੋਈ ਅੰਦਰ ਆ ਕੇ ਚੋਰੀ ਕਰ ਸਕਦਾ ਸੀ ਵੈਸੇ ਸਰਤਾਜ ਨੇ ਜਦ ਮੋੜੇ ਉੱਪਰੋਂ ਪਿੱਛੇ ਤਾੜਿਆ ਤਾਂ ਸਮਝ ਗਿਆ ਕਿ ਦੁਕਾਨਦਾਰ ਉਸ ਮਿੱਟੀ ਦਾ ਬਣਾਇਆ ਨਹੀਂ ਜੋ ਸੰਤੋਖ ਬਣਿਆ ਸੀ ਬਾਪ ਨੇ ਤਾਂ ਦੁਕਾਨ ਛੱਡ ਕੇ ਚੋਰਾ ਦਾ ਹੀ ਪਿੱਛਾ ਕਰਨਾ ਸੀ ਇੰਜ ਪੈਰਾ ਹਾਈ ਸਟਰੀਟ ਵੱਲੋਂ ਤੇ ਦੂਜੀ ਹੈਨਵਰਥ ਰੋਡ ਦੇ ਪਾਸਿਓਂ ਕੂਚਿਆਂ ਰਾਈ ਕਾਰ ਪਾਰਕ 'ਚ ਪੁੱਜਿਆ ਜਿਸ ਬਾਰੇ ਤੁਹਾਨੂੰ ਹੁਣ ਪਤਾ ਹੈ ਕਿ ਸੋਚ ਸੀ ਭੋਗਲ ਕੂੜੇਦਾਨਾ ਕੋਲ ਖੜਾ ਹੋਏਗਾ ਕੁੱਕਾਂ ਦੇ ਪੀਪਿਆਂ ਨਾਲ ਪਰ ਦ੍ਰਿਸ਼ ਥੋੜਾ ਜਿਹਾ ਹੋਰ ਸਬਤ ਹੋ ਗਿਆ ਦੋ ਮੁੰਡੇ ਨੌਜਵਾਨ ਦੇਖਣ ਤੋਂ 16 ਜਾਂ 17 ਸਾਲਾਂ ਦੇ ਕੀ ਪਤਾ ਗੋਰੇ ਬੱਚੇ ਆਮ ਪੰਜਾਬੀਆਂ ਤੋਂ ਲਮੇਰੇ ਹੀ ਹੁੰਦੇ ਨੇ ਭੋਗਲ ਨਾਲ ਖੜੇ ਸੀ ਤੇ ਭੋਗਲ ਦੇ ਫੇ ਫੱਕ ਬੁਸਬਸਾ ਮੂੰਹ ਤੋਂ ਪਤਾ ਲੱਗਦਾ ਸੀ ਕਿ ਉਹਨਾਂ ਦਾ ਟੋਲਾ ਇਹਦੇ ਰੋਡੇ ਗੋਰਿਆਂ ਦੇ ਸੱਪਿਆਂ ਦੀਆਂ ਮਹਾਂ ਚ ਪੈ ਗਏ ਸਨ ਨਿਚਰ ਦਾ ਚਿਤ ਨਹੀਂ ਸੀ ਕਰਦਾ ਪਰ ਡਰ ਕੇ ਕਿ ਰੋਡਿਆਂ ਨੇ ਤਾਂ ਪਤਾ ਨਹੀਂ ਭੋਗਲ ਦੇ ਨੂੰ ਕੀ ਕਰ ਦੇਣਾ ਭੋਗਲ ਤੇ ਤਾਂ ਪਗ ਬੰਨੇ ਸੀ ਪਗ ਜੋ ਰਾਸ਼ਟਰੀ ਘਟਨ ਰਾਸ਼ਟਰੀ ਗਠਨ ਲਈ ਨਿਸ਼ਾਨਾ ਸੀ ਨਫਰਤ ਦਾ ਕੇਂਦਰ ਸੀ ਉਸਲੇ ਤਾਂ ਮਨਾਈ ਵੜੇ ਸੀ ਪਾਰਟੀ ਦਾ ਗੜ ਸੀ ਪਹਿਲਾ ਰੋਡਾ ਘੁੰਮ ਕੇ ਤਿੰਨਾਂ ਵੱਲ ਹਰਸ਼ ਨਾਲ ਚੱਕਿਆ ਉਹਦੀ ਅੱਖਾਂ 'ਚ ਆਨੰਦ ਨੱਚਦਾ ਸੀ ਹੋਰ ਸ਼ਿਕਾਰ ਮਿਲ ਗਿਆ ਉਹਦੇ ਕੋਹਨੇ ਜੇ ਸਿਰ ਤੇ ਸੁਨਹਿਰੀ ਕੰਡੇ ਸੀ ਨੀਲੀਆਂ ਅੱਖਾਂ ਉੱਪਰ ਮੱਥੇ ਤੇ ਬਦਰੰਗ ਪਰਵਟੇ ਸੀ ਨੱਕਸੂਰ ਵਰਗਾ ਸੀ ਚਮੜੇ ਤੇ ਹੌਲੇ ਹੌਲੇ ਸ਼ਾਈ ਵਰਗੇ ਨਿਸ਼ਾਨ ਗੋਰੇ ਮੁੰਡੇ ਨੇ ਚਿੱਟੀ ਟੀ-ਸ਼ਰਟ ਪਾਈ ਸੀ ਤੇ ਨੀਲੀ ਜੀਨ ਜਿਸ ਨੂੰ ਗੋਰੇ ਨੇ ਚਿੱਟੀ ਟੀ-ਸ਼ਰਟ ਪਾਈ ਸੀ ਤੇ ਨੀਲੀ ਜੀਨ ਜਿਸ ਨੂੰ ਡਿੱਗਣ ਤੋਂ ਲਾਲ ਬੁੱਧਰੇ ਤੇੜ ਤੋਂ ਮੋਢਿਆਂ ਤੱਕ ਝੱਗੇ ਤੇ ਤਣ ਰਹੇ ਸਨ ਜੀਨਾਂ ਨੂੰ ਸਹਾਰਾ ਦੇ ਬੂਟ ਬਹੁਤ ਭਾਰੇ ਜੇ ਸੰਤ ਇੱਕ ਹੱਥ ਦੀਆਂ ਉਂਗਲੀਆਂ ਦੇ ਅੱਖਰ ਸਨ ਜੋ ਪ੍ਰੇਮ ਸ਼ਬਦ ਚਿਤ੍ਰਿਆ ਤੇ ਦੂਜੇ ਹੱਥ ਦੀਆਂ ਉਂਗਲੀਆਂ ਤੇ ਨਫ਼ਰਤ ਲਪੋਜੀ ਸੱਜੇ ਦੰਦ ਹੀਟ ਲੰਬਾ ਜਿਹਾ ਦਾਗ ਸੀ ਜੋ ਜਦ ਗੁੱਸਾ ਚੜਦਾ ਤਾਂ ਲਾਲ ਰੰਗ ਹੋ ਜਾਂਦਾ ਸੀ ਤੇ ਮੁੰਡਿਆ ਨੂੰ ਤਾਂ ਪਤਾ ਹੀ ਨਹੀਂ ਸੀ ਪਰ ਉਸ ਰੋਡੇ ਮੁੰਡੇ ਦਾ ਨਾਮ ਦੇਵ ਸੀ ਦੇਵ ਦਾ ਦੋਸਤ ਭੋਗਲ ਦੇ ਪਿੱਛੇ ਖੜਾ ਸੀ ਜਿਹਾ ਇਹ ਕੱਪੜਿਆਂ ਚ ਬਸ ਉਸ ਤੋਂ ਹੋਰ ਮੋਟੀ ਪਿਸਤਾਕੀ ਸਦਰੀ ਪਈ ਸੀ ਉਹਦੀਆਂ ਅੱਖਾਂ ਰਾਤ ਤੋਂ ਵੀ ਜ਼ਿਆਦਾ ਕਾਲੀਆਂ ਸਨ ਉਦੇ ਦਿਲ ਦਾ ਅਸਲੀ ਰੂਪ ਪ੍ਰਗਟ ਦਿਆਂ ਉਹਦਾ ਨਾਂ ਸਟੀਵ ਸੀ ਸਟੀਵ ਸਿਰ ਤੇ ਝੜ ਚੂਹੇ ਦੇ ਖਾਰ ਵਰਗੇ ਕਾਲੇ ਵਾਲ ਸਨ ਉਹ ਇੱਕਦਮ ਤਿੰਨਾ ਮੁੰਡਿਆਂ ਵੱਲ ਵਧਿਆ ਸਰਤਾਜ ਨੇ ਕਾਰ ਪਾਰਕ ਚੋਂ ਨਿਕਲਣ ਦੀ ਕੋਸ਼ਿਸ਼ ਕੀਤੀ ਪਰ ਸਟੀਵ ਨੇ ਉਹਨੂੰ ਘੇਰ ਲਿਆ ਫਿਰ ਨਰਕਾਂ ਚ ਪਾ ਕੇ ਚਾਹੀ ਪਾਸੇ ਛਲਾਰੂਆਂ ਨੂੰ ਗੱਬੇ ਕਰ ਲਿਆ ਜਿਦਾਂ ਕੋਈ ਬਾੜੇ ਚ ਹੁੰਦਾ ਤੇ ਦਰਸਲ ਸਟੀਵ ਦੇ ਹੱਥਾਂ 'ਚ ਹੁਣ ਸਰਤਾਜ ਨੂੰ ਖੰਜਰ ਜਾਪਿਆ ਡਰ ਸਰਤਾਜ ਨੂੰ ਲੱਗ ਰਿਹਾ ਸੀ ਤੇ ਭੋਗਲ ਤੇ ਮਿਰਜ਼ਾ ਦੇ ਮੁਖੜਿਆਂ ਤੇ ਵੀ ਡਰ ਸੀ ਤੇ ਹਰਖ ਵੀ ਸੀ ਪਰ ਪੈਰਾ ਤਾਂ ਪੈਰਾ ਤਾਂ ਦੇਖਣ 'ਚ ਲੱਗਦਾ ਨਹੀਂ ਸੀ ਜਿਵੇਂ ਕੋਈ ਤੋਂ ਉਹਨੂੰ ਕਿਸੇ ਤੋਂ ਡਰ ਵੀ ਸੀ ਪੈਕੀ ਦੋਗਲੇ ਕਿੱਥੇ ਸਾਰੇ ਜਾ ਰਹੇ ਨਹੀਂ ਇਹ ਤਾਂ ਸਾਡਾ ਇਲਾਕਾ ਹੈ ਬਸ ਅਸੀਂ ਫੁੱਟਬਾਲ ਗੇਡਨ ਚੱਲੇ ਆ ਤੁਸੀਂ ਵੀ ਚੱਲੋ ਸਾਨੂੰ ਲੰਘਣ ਦਿਓ ਮਿਰਜ਼ਾ ਬੋਲਣਾ ਸ਼ੁਰੂ ਹੋਇਆ ਫੁੱਟਬਾਲ ਤੁਹਾਨੂੰ ਪਤਾ ਵੀ ਹੈ ਕਿਵੇਂ ਖੇਡਦੀ ਹੈ ਸੂਰ ਦੀ ਹਲਾਤ ਦੀਵ ਨੇ ਖੁਸ਼ੀ ਨਾਲ ਉਂਗਲੀ ਕੀਤੀ ਬਸ ਜਾਣ ਦਿਓ ਪੋਗਲ ਕਹਿਣ ਲੱਗਾ ਜਦ ਉਹਦੀ ਢਿੱਡੇ 'ਚ ਸਟੀਵ ਨੇ ਮੁੱਕਾ ਮਾਰ ਦਿੱਤਾ ਕੁੱਬਾ ਹੋ ਗਿਆ ਸਾਨੂੰ ਜਾਣ ਦਿਓ ਮਿਰਜ਼ਾ ਨੇ ਕਿਹਾ ਪਰ ਪੈਰਾ ਨੇ ਉਹਦੀ ਗੱਲ ਕੱਟ ਕੇ ਬੋਲਿਆ ਤੂੰ ਚਾਹਂ ਚਾਹੰਦਾ ਸਾਲਾ ਕਾਲਾ ਮਾਂ ਦਾ ਕੀ ਚਾਹਂਦਾ ਸਾਡਾ ਮੁਲਕ ਹੈ ਆਪਣੇ ਦੇਸ਼ ਵਾਪਸ ਜਾਓ ਪੈਕੀ ਹੈ ਗੇੜ ਪੈਰਾ ਬਿਨਾ ਆਖੇ ਤੋਂ ਜੇਬਾਂ 'ਚ ਚੀਜ਼ਾਂ ਕੱਢਣ ਲੱਗ ਪਿਆ ਜੋ ਦੁਕਾਨਦਾਰ ਤੋਂ ਚੋਰੀ ਕੀਤਾ ਸੀ ਆਪਣੀਆਂ ਅਕਰਮਣਕਾਰੀਆਂ ਨੂੰ ਫੜਾਉਣ ਲੱਗ ਪਿਆ ਸੱਚੀ ਦੇਵ ਦੇ ਕੋਰਕਣ ਤੋਂ ਡਰਦਾ ਨਹੀਂ ਸੀ ਮੈਨੂੰ ਇਹ ਬਕਵਾਸ ਦੀ ਕੋਈ ਲੋੜ ਨਹੀਂ ਹੈ ਪੱਕੀ ਦੇਵ ਨੇ ਉਤਾਰ ਦਿੱਤਾ ਨਹੀਂ ਫਿਰ ਕੀ ਚੀਜ਼ ਦੀ ਲੋੜ ਹੈ ਦੱਤ ਤੇ ਪੂਰੀ ਕਰ ਦਿਓ ਕਰ ਦਿਓਗੇ ਤੇ ਫਿਰ ਸਾਨੂੰ ਸਾਡੇ ਰਸਤੇ ਜਾਣ ਜਾਣ ਦਿਓ ਨਾਲੇ ਅਸੀਂ ਇਸ ਤੋਂ ਕਦੀ ਫੇਰ ਨਹੀਂ ਆਵਾਂਗੇ ਸਾਨੂੰ ਸਮਝ ਹੈ ਤੁਹਾਡਾ ਹੀ ਇਲਾਕਾ ਹੈ ਪੈਰਾ ਨੇ ਜਵਾਬ ਦਿੱਤਾ ਮਾਰੀਏ ਸਟੀਵ ਨੇ ਦੇਵ ਨੂੰ ਪੁੱਛਿਆ ਪਰ ਦੇਵ ਦਾ ਉਹਨਾਂ ਉਨਾਂ ਜੱਗਰ ਨਹੀਂ ਸੀ ਫਿਰ ਵੀ ਚਾਰ ਮੁੰਡੇ ਸੀ ਜੇ ਬਹਾਦਰ ਹੁੰਦੇ ਤਾਂ ਉਹਨਾਂ ਨੇ ਹੁਣੇ ਲੱਤਾਂ ਬਾਹਾਂ ਮਾਰ ਕੇ ਇੱਥੋਂ ਨਿਕਲ ਜਾਣਾ ਸੀ ਤੇ ਜੇ ਇੱਕ ਨੇ ਇੱਕ ਦੇ ਚਾਕੂ ਵੀ ਮਾਰਤਾ ਤੇ ਦੋ ਤਾਂ ਨਟਕੇ ਪੁਲਿਸ ਨੂੰ ਬੁਲਾ ਸਕਦੇ ਸੀ ਨਹੀਂ ਬਸ ਮੁੰਡਿਆਂ ਦੀ ਬੇਇੱਜ਼ਤੀ ਕਰਨੀ ਕਾਫੀ ਸੀ ਹੁਣ ਪੱਗ ਵਾਲੇ ਦੇ ਦੋ ਤਾਂ ਲਾ ਦਿੱਤੇ ਤੇ ਹੁਣ ਜ਼ਖਮ ਤੇ ਲੂਣ ਛਿੜਕਣਾਈ ਸੀ ਡਰਪੋ ਕੀ ਸੀ ਨੱਚੋ ਤੇ ਗਾਓ ਪੈਕੀ ਬੋਏ ਦੇਵ ਨੇ ਕਿਹਾ ਕੀ ਨੱਚ ਪੈਣ मिर्ज़ा ਤੇ ਸਰਤਾਜ ਹੈਰਾਨ ਹੋ ਗਏ ਤੇ ਭੋਗਲ ਨੇ ਅੱਗੇ ਆਉਣ ਦੀ ਕੋਸ਼ਿਸ਼ ਕੀਤੀ ਪਰ ਸਟੀਵ ਨੇ ਉਹਦੇ ਸਾਹਮਣੇ ਖੰਜਰ ਘੁਮਾਇਆ ਸਾਫ਼ ਦਿੱਸਦਾ ਸੀ ਉਹ ਗੁਬਾਰ ਕੱਢਣਾ ਚਾਹੁੰਦਾ ਸੀ ਭਾਵੇਂ ਡਰਦਾ ਸੀ ਪਰ ਸਰਤਾਜ ਦੇ ਮੂੰਹ ਚੋਂ ਨੋ ਨਿਕਲ ਗਿਆ ਉਹਦੇ ਜਵਾਬ ਚ ਦੇਵ ਨੇ ਉਹਦੇ ਮੂੰਹ ਤੇ ਚਟਕ ਕੇ ਮਾਰੀ ਤੇ ਨਾਲ ਨਾਲ ਪੈਰਾ ਨੇ ਕਿ ਚੁੱਪ ਹੋ ਜਾ ਡੈਲ ਡੈਲ ਬੋਏ ਰੋਡ ਨਹੀਂ ਕਿੜਾ ਸਟੀਵ ਨਾ ਸੁਣ ਕੇ ਹੱਸ ਪਿਆ ਜਦ ਫੇਰ ਭੋਗਲ ਨੇ ਅੱਗੇ ਹੋਣ ਦੀ ਕੋਸ਼ਿਸ਼ ਕੀਤੀ ਸਟੀਵ ਨੇ ਉਹਦੀ ਪੱਗ ਧਰਤੀ ਤੇ ਸੁੱਟ ਦਿੱਤੀ ਜੁੜੇ ਤੋਂ ਫੜਕੇ ਥੱਲੇ ਭੇਜ ਦਿੱਤਾ ਇੱਕ ਵਾਰ ਫੇਰ ਬੋਲਿਆ ਬਲੈਕ ਡੌਗ ਤੇ ਤੈਨੂੰ ਪਤਾ ਲੱਗੂਗਾ ਰਹਿਣ ਦੇ ਸਟੀਵ ਚੱਲ ਡੈਲ ਕੁਝ ਗਾ ਸਾਡੇ ਲਈ ਅਨੰਤ ਆਵੇ ਦੇਵ ਨੇ ਸਰਤਾਜ ਨੂੰ ਕਿਹਾ ਮੈਂ ਮੈਨੂੰ ਕੋਈ ਅੰਗਰੇਜ਼ੀ ਗਾਣੇ ਨਹੀਂ ਆਉਂਦੇ ਸੱਚ ਸੀ ਪਰ ਪੈਰਾ ਨੇ ਕੰਮ ਖਰਾਬ ਕਰਤਾ ਝੂਠ ਪੈਰਾ ਬੋਲਿਆ ਹੋਈ ਨਹੀਂ ਸਕਦਾ ਰਹਿਣ ਦੇ ਆਪਣੀ ਪੱਗ ਚੱਕ ਕਿ ਭੋਗਲ ਨੇ ਜ਼ੈਰੀ ਆਵਾਜ਼ ਚ ਕਿਹਾ ਤੇਰੇ 'ਚ ਤਾਂ ਬਹੁਤ ਜੋਸ਼ ਭਰਿਆ ਤੂੰ ਹੀ ਗਾ ਨਹੀਂ ਸਾਰੇ ਗਾਉ ਨਹੀਂ ਤਾਂ ਸਟੀਵ ਨੇ ਚਾਪੂ ਮਾਰ ਦੇਣਾ ਦੇਵੀ ਉੱਡ ਉੱਡ ਕੇ ਬੋਲਿਆ ਏਦਾਂ ਕਰੋ ਮਾਈਕਲ ਜੈਕਸਨ ਦਾ ਕੋਈ ਗੀਤ ਗਾਓ ਪੈਕੀ ਲੌਂਡਿਓ ਸਟੀਵ ਨੇ ਕਿਹਾ ਇੱਕ ਦੂਜੇ ਵੱਲ ਭੋਗਲ ਮਿਰਜ਼ਾ ਦੇ ਸਰਦਾਰ ਸਰਤਾਜ ਝਾਕੇ ਤੇਨਾਂ ਨੂੰ ਪੈਰਾ ਤੇ ਗੁੱਸਾ ਸੀ ਤੇ ਤੇਨਾਂ ਨੂੰ ਸ਼ਰਮ ਆਉਂਦੀ ਸੀ ਖੁੱਤੇ ਖੇਜ ਪਰ ਕੀ ਕਰ ਸਕਦੇ ਸੀ ਜਦ ਪੈਰਾ ਤਾਂ ਗਾਉਣ ਲੱਗ ਪਿਆ ਬਿੱਲੀ ਜੀਨ ਉਹ ਵੀ ਉਸਨਾਲ ਸ਼ਾਮਲ ਹੋ ਗਏ ਕੁਸੂਰੇ ਆਵਾਜ਼ਾਂ ਚ ਜਦ ਗਾਣਾ ਗਾਹਟੇ ਦੇਵਤਾੜੀਆਂ ਮਾਰ ਕੇ ਬਿਲੇ ਗੁੱਡ ਬੈਕੀਸ ਫਕਾ ਖਿਜ ਕੇ ਮਿਰਜ਼ਾ ਨੇ ਹੁੰਗਾਰਾ ਦਿੱਤਾ ਖੰਜਰ ਤੋਂ ਡਰਸੀ ਪਰ ਉਹਦੀ ਅਣਖ ਨੂੰ ਸੱਟ ਲਾਈ ਸਰਤਾਜ ਤਾਂ ਤੜਫਦਾ ਸੀ ਕਿਉਂਕਿ ਉਹਨੂੰ ਲੱਗਾ ਹੋਣੀ ਖੰਜਰ ਖੋਪ ਦੇਣਾ ਹੈ ਸੰਗ ਬਹਿ ਗਿਆ ਲਤਾਂ ਝੰਜੋੜ ਦਿੱਤੀਆਂ ਪਰ ਦੇਵ ਨੇ ਕਤਲ ਨਹੀਂ ਕਰਨਾ ਸੀ ਗੌਰ ਗੌਰ ਨਹੀਂ ਰੋਣਾ ਸੀ ਉਹਨੇ ਸਟੀਵ ਨੂੰ ਰੋਕ ਕੇ ਮਿਰਜ਼ੇ ਦਾ ਗੁੱਥਲਾ ਨੇੜਲੇ ਵੱਡੇ ਚੌਰਸ ਕੂੜੇਦਾਨ ਚ ਸੁੱਟ ਦਿੱਤਾ ਤੇ ਭੋਗਲ ਦੀ ਪੱਗ ਫਿਰ ਪੁੰਜੇ ਮਾਰ ਕੇ ਖਾਕ ਵਾਲੀ ਧਰਤੀ 'ਚ ਪੈਰਾਂ ਹੇਠ ਮਲ ਦਿੱਤੀ ਫਿਰ ਹੱਸਦੇ ਹੱਸਦੇ ਤੁਹਾਨੂੰ ਰੋਟੀ ਤੁਰ ਪਏ ਪੈਰਾ ਦੇ ਚਿਹਰੇ ਤੇ ਹਾਲੇ ਵੀ ਖੁਸ਼ ਗੁੱਲਰ ਵਰਗੀ ਦਿੱਸ ਸੀ ਮਿਰਜ਼ਾ ਗੁੱਥਲਾ ਵਾਪਸ ਲੈਣ ਕੂੜੇਦਾਨ ਵੱਲ ਗਿਆ ਭੋਗਲ ਨੇ ਪੱਗ ਫੇਰ ਚੱਕ ਕੇ ਪੈਰਾਂ ਦੀਆਂ ਲੱਤਾਂ ਵਿਚਾਲੇ ਠੋਕਰ ਮਾਰ ਦਿੱਤੀ ਡਿੱਗਦਾ ਡਿੱਗਦਾ ਪੈਰਾ ਮਸਾਂ ਬੋਲਿਆ ਸਾਨੂੰ ਬਚਾਉਣ ਲਈ ਕੀਤਾ ਸਰਤਾਜ ਹੁਣ ਪੱਕਾ ਸੀ ਕਿ ਪੈਰਾ ਨੂੰ ਤਾਂ ਖੁਸ਼ੀ ਆਈ ਇੰਜ ਗੋਰੀਆਂ ਲਈ ਕਿੱਕਲੀ ਪਾਉਣੀ ਤਿੰਨਾਂ ਨੇ ਉਹਨੂੰ ਉੱਥੇ ਛੱਡ ਕੇ ਥੋਂਬਰੀ ਵੱਲ ਵਧੀ ਖਮੋਸ਼ੀ ਚ ਸਾਰੇ ਲਪੇਟੇ ਸਨ ਉੱਪਰ ਬੱਦਲ ਆ ਗਏ ਸੀ ਤੇ ਉਹਨਾਂ ਨੇ ਉਹਨਾਂ ਨੂੰ ਝੰਬ ਦੁਨੀਆ ਤੇ ਛੱਡ ਦਿੱਤੀ ਬਲੌਰ ਤੀਰਾਂ ਵਾਂਗ ਮੀਨੇ ਸਰਤਾਜ ਦੇ ਮੁਖੜੇ ਤੇ ਹਮਲਾ ਕੀਤਾ ਉਹਦੇ ਵਹਾਉਂਦੇ ਅਥਰੂ ਲਬਾਦ ਦਾ ਆਓ ਦੇਸੀਆਂ ਲਈ ਵਿਲਾਇਤ ਸੁਰਗ ਸੀ ਧੰਨ